ਜਸਟਿਸ ਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਤੁਹਾਡਾ ਸਭ ਦਾ ਸਵਾਗਤ ਕਰਦਾ ਹੈ ਖੇਤੀ ਗ੍ਰੁਨਾਤੇ ਅੰਦੋਲਨ ਲਗਾਤਾਰ ਚੱਲ ਰਿਹਾ ਪਰ ਇਸ ਵਿਚਾਲੇ ਸੁਪਰੀਮ ਕੋਰਟ ਦੇ ਵਿੱਚ ਜਿਸ ਤਰੀਕੇ ਨਾਲ ਪਹੁੰਚ ਕੀਤੀ ਗਈ ਹੈ ਉਹ ਕਿਸਾਨ ਜਥੇਬੰਦੀਆਂ ਨੇ ਪਹੁੰਚ ਨਹੀਂ ਕੀਤੀ ਜਿਹੜੇ ਅੰਦੋਲਨ ਤੇ ਬੈਠਿਆ ਹੋਏ ਨੇ ਜਿਨ੍ਹਾਂ ਵੱਲੋਂ ਪਹੁੰਚ ਕੀਤੀ ਗਈ ਉਥੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਪਾਰਟੀ ਬਣਾਇਆ ਗਿਆ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਇੱਕ ਕਮੇਟੀ ਬਣਾ ਦਿੱਤੀ ਗਈ ਚਾਰ ਮੈਂਬਰੀ ਉਸ ਕਮੇਟੀ ਤੇ ਵੀ ਸਵਾਲ ਲਗਾਤਾਰ ਉੱਠ ਰਹੇ ਆ ਪਰ ਇਸ ਸਭ ਦੇ ਵਿਚਾਲੇ ਕਿਸਾਨ ਜਿੱਥੇ ਬੰਦਿਆਂ ਨੇ ਸਾਫ ਕਰ ਦਿੱਤਾ ਕਿ ਅੰਦੋਲਨ ਲਗਾਤਾਰ ਚੱਲਦਾ ਰਹੇਗਾ ਜਿਹੜੇ ਉਹਨਾਂ ਦੇ ਅਗਲੇ ਪ੍ਰੋਗਰਾਮ ਹੈ ਉਹ ਵਿਚਾਰੀ ਰਹਿਣਗੇ ਪਰ ਅਸੀਂ ਇੱਕ ਸਵਾਲ ਪੁੱਛਾਂਗੇ ਸੁਪਰੀਮ ਕੋਰਟ ਨੇ ਖੇਤੀ ਕਾਨੂੰਨ ਰੋਕੇ ਆ ਪਰ ਅੰਦੋਲਨ ਕਿਉਂ ਨਹੀਂ ਰੁਕਿਆ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਖਾਸ ਮਹਿਮਾਨ ਮੌਜੂਦ ਹੈ ਕਿ ਹਮੀਰ ਸਿੰਘ ਜੀ ਸੀਨੀਅਰ ਪੱਤਰਕਾਰ ਨੇ ਅਕਸਰ ਇਹਨਾਂ ਦੀਆਂ ਲਿਖਤਾਂ ਤੁਸੀਂ ਅਖਬਾਰਾਂ ਦੇ ਵਿੱਚ ਪੜ੍ਹਦੇ ਹੋ तकरीबन 20 ਹਕਿਆਂ ਦਾ ਨਾ ਤੇਰਪਾ ਹਮੀਰ ਸਿੰਘ ਜੀ ਬਹੁਤ ਸਵਾਗਤ ਹੈ ਸਤੋ ਜੀ ਸ਼ੁਕਰੀਆ ਹਮੀਰ ਸਿੰਘ ਜੀ ਤੁਸੀਂ ਬੜਾ ਕੰਮ ਕੀਤਾ ਇਹਨਾਂ ਸਾਰੇ ਖੇਤੀ ਕਾਨੂੰਨਾਂ ਤੇ ਇੱਕ ਚੀਜ਼ ਮੈਨੂੰ ਸਮਝਾਓ ਹਮੀਰ ਸਿੰਘ ਜੀ ਕਿਸਾਨ ਜਥੇਬੰਦੀਆਂ ਚਾਹੁੰਦੀਆਂ ਕੀ ਕਿਸਾਨ ਜਥੇਬੰਦੀਆਂ ਦਾ ਤਾਂ ਸਿੱਧਾ ਹੀ ਸ਼ੁਰੂ ਤੋਂ ਇੱਕੋ ਹੀ ਗੱਲ ਹੈ ਉਹ ਕਹਿੰਦੇ ਨੇ ਕਾਨੂੰਨ ਵਾਪਸ ਹੋਣ ਤੇ ਪਹਿਲਾ ਆਰਡੀਨੈਂਸ ਵਾਪਸ ਲੈਣ ਤੋਂ ਸ਼ੁਰੂ ਹੋਇਆ ਸੀ ਫਿਰ ਕਾਨੂੰਨ ਬਣ ਗਿਆ ਤੇ ਫਿਰ ਕਾਨੂੰਨ ਵਾਪਸ ਹੋਣ ਦਾ ਸਵਾਲ ਹੈ ਉਹਦੇ ਪਿੱਛੇ ਉਹਨਾਂ ਦਾ ਲਾਜਿਕ ਹੈ ਤਰਕ ਹੈ ਇੱਕ ਕਾਫੀ ਇੰਪੋਰਟੈਂਟ ਜਿਹਾ ਸਭ ਤੋਂ ਵੱਡਾ ਲਾਜਿਕ ਇਹ ਹੈ ਕਿ ਦੋ ਗੱਲਾਂ ਕਰਕੇ ਅਸੀਂ ਚਾਹੁੰਦੇ ਹਾਂ ਕਿ ਕਾਨੂੰਨ ਵਾਪਸੀ ਜ਼ਰੂਰੀ ਹੈ ਨੰਬਰ 1 ਕਿ ਟਰਨਿੰਗ ਪੁਆਇੰਟ ਹੈ ਕਿ ਖੇਤੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਹੋ ਜਾਣੀ ਹੈ ਜਾਂ ਖੇਤੀ ਕਿਸਾਨ ਪਹਿਲਾਂ ਦੇ ਤਰ੍ਹਾਂ ਕਰਦੇ ਰਹਿਣ ਨੰਬਰ 2 ਇਹ ਹੈ ਕਿ ਖੇਤੀ ਅੱਜ ਤੱਕ ਸਾਡੇ ਸੰਵਿਧਾਨ ਦੇ ਵਿੱਚ ਰਾਜਾਂ ਦਾ ਵਿਸ਼ਾ ਤੇ ਜਦੋਂ ਕੇਂਦਰ ਸਰਕਾਰ ਉਸ ਇੱਕ ਜਿਹੜੀ ਐਂਟਰੀ 33 ਹੈ ਜਿਹੜੀ ਇੱਕ ਖਾਸ ਮਾਹੌਲ ਦੇ ਵਿੱਚ ਆਜ਼ਾਦੀ ਤੋਂ ਪਹਿਲਾਂ ਵੀ ਸ਼ਾਮਲ ਕੀਤੀ ਗਈ ਸੀ ਜਿਹੜੀ ਇਸ ਸੰਵਿਧਾਨ ਦੇ ਵਿੱਚ ਵੀ ਆ ਕੇ ਤੀਜੀ ਸੋਧ ਦੇ ਰਾਹੀਂ ਕੇਵਲ 5 ਸਾਲਾਂ ਦੇ ਇੱਕ ਬਹੁਤ ਛੋਟੇ ਪੀਰੀਅਡ ਦੇ ਲਈ ਲਾਗੂ ਕੀਤੀ ਗਈ ਸੀ ਜ਼ਰੂਰੀ ਵਸਤਾਂ ਦੇ ਕਾਨੂੰਨ ਦੇ ਤਹਿਤ ਉਹ ਚੋਰੀ ਮੋਰੀ ਦੇ ਤਹਿਤ ਕੇਂਦਰ ਸਰਕਾਰ ਇੰਟਰਵੈਨ ਕਰਨਾ ਚਾਹੁੰਦੀ ਹੈ ਸਟੇਟਾਂ ਦੇ ਸਬਜੈਕਟ ਦੇ ਵਿੱਚ ਸਟੇਟਾਂ ਦੇ ਵੀ ਹੱਕ ਖੋਏ ਜਾ ਰਹੇ ਨੇ ਉਸ ਦੇ ਵਿੱਚ ਤੇ ਜੇ ਇਹ ਗੁਰੂਨ ਗੈਰ ਸੰਵਿਧਾਨਕ ਵੀ ਹੈ ਤੇ ਉਹ ਲੋਕਾਂ ਦੇ ਹੱਕਾਂ ਤੇ ਵੀ ਛਾਪਾ ਮਾਰ ਰਿਹਾ ਤਾਂ ਇਹਨੂੰ ਵਾਪਸ ਹੋਣਾ ਚਾਹੀਦਾ ਇਹ ਮੋਟਾ ਜਿਹੜਾ ਬੁਨਿਆਦੀ ਲੌਜੀਕ ਹੈ ਜੱਥੇਬੰਦੀਆਂ ਦਾ ਜਿਹੜੀਆਂ ਵੀ ਅੰਦੋਲਨ ਕਰ ਰਹੀਆਂ ਨੇ ਜਾਂ ਜਿਹੜੇ ਸਕਾਲਰ ਜਾਂ ਜਿਹੜੇ ਅਰਥਸ਼ਾਸਤਰੀ ਜਿਹੜੇ ਇਹ ਕਹਿ ਰਹੇ ਨੇ ਕਿ ਕਾਨੂੰਨ ਨਹੀਂ ਹੈ ਠੀਕ ਪੂਰੇ ਦੇਸ਼ ਲਈ ਪੰਜਾਬ ਲਈ ਜਾਂ ਓਵਰਾਲ ਡਵੈਲਪਮੈਂਟ ਦੇ ਮਾਡਲ ਨੂੰ ਲੈ ਕੇ ਜਿਹੜੇ ਸਵਾਲ ਉਠਾ ਰਹੇ ਨੇ ਇਹ ਉਹਨਾਂ ਦਾ ਬੁਨਿਆਦੀ ਕਹਿਣਾ ਨਹੀਂ ਸੁਪਰੀਮ ਕੋਰਟ ਇਸ ਸਵਾਲ ਨੂੰ ਅਡਰੈਸ ਕਰ ਪਾ ਰਹੀ ਹੈ ਜਾਂ ਸੁਪਰੀਮ ਕੋਰਟ ਵਿੱਚ ਸਵਾਲ ਰੱਖਿਆ ਜਾ ਰਿਹਾ ਫੈਡਰਲ ਸਟਰਕਚਰ ਵਾਲਾ ਜਿਹੜਾ ਸਵਾਲ ਤੁਸੀਂ ਗੱਲ ਕਰ ਰਹੇ ਹੋ ਨਹੀਂ ਉਹਦਾ ਕਾਰਨ ਇਹ ਹੈ ਕਿ ਜ ਉਹ ਗਏ ਸੀ ਵੀ ਧਰਨਾ ਕਿਵੇਂ ਉਠਾਇਆ ਜਾਏ ਕਿਉਂਕਿ ਲੋਕਾਂ ਨੂੰ ਬਾਕੀ ਦਨ ਨੂੰ ਪ੍ਰੇਸ਼ਾਨੀ ਆਉਂਦੀ ਹੈ ਹੋਰ ਜਥੇਬੰਦੀਆਂ ਤਾਂ ਨਹੀਂ ਗਈਆਂ ਔਰ ਸੁਪਰੀਮ ਕੋਰਟ ਦੇ ਸਾਹਮਣੇ ਜਦੋਂ ਪਿਛਲੀ ਹੀਅਰਿੰਗ ਇਹਦੇ ਤੋਂ ਪਹਿਲੀ ਹੀਅਰਿੰਗ ਦੇ ਵਿੱਚ ਇਹ ਸਵਾਲ ਉੱਠਿਆ ਸੀ ਕਿ ਧਰਨਾ ਤਾਨ ਲੱਗਿਆ ਕਿਉਂਕਿ ਕਾਨੂੰਨ ਗੈਰ ਸੰਵਧਾਨਕ ਨੇ ਇਸ ਲਈ ਪਹਿਲਾਂ ਇਹਦਾ ਹੱਲ ਕਰ ਦੋ ਤਾਂ ਸੁਪਰੀਮ ਕੋਰਟ ਨੇ ਕਿਹਾ ਵੀ ਨਹੀਂ ਅਜੇ ਅਸੀਂ ਉਹਨੂੰ ਨਹੀਂ ਛੇੜਨਾ ਅਜੇ ਤਾਂ ਅਸੀਂ ਕੇਵਲ ਜਿਹੜੇ ਲਈ ਪਟੀਸ਼ਨ ਪਾਈ ਗਈ ਹੈ ਇਸ ਤੇ ਗੱਲ ਕਰਾਂਗੇ ਇਸ ਕਰਕੇ ਉਹ ਮਾਮਲਾ ਐਡਰੈਸ ਨਹੀਂ ਹੋ ਰਿਹਾ ਜਿਹੜਾ ਸੁਪਰੀਮ ਕੋਰਟ ਨੇ ਜੇ ਸੂ ਮੋਟੋ ਲੈਣਾ ਸੀ ਜਾਂ ਹੋਰ ਸੀ ਉਹਨੂੰ ਐਡਰੈਸ ਕਰ ਤਾ ਕ ਲਗ ਗੱਲ ਬਣਦੀ ਤਾਂ ਅਲੱਗ ਤਰ੍ਹਾਂ ਦੀ ਡਿਬੇਟ ਹੋਣੀ ਸੀ ਤੇ ਅਲੱਗ ਤਰ੍ਹਾਂ ਦਾ ਸਿਸਟਮ ਹੈ ਔਰ ਉਹਦੇ ਚ ਜਿਹੜੇ ਮਾਰ ਨੇ ਜਿਹੜੇ ਕਹਿ ਰਹੇ ਨੇ ਕਿ ਕਿਉਂ ਹੈ ਪੀ ਸਾਇਨਾਸ ਚੰਡੀਗੜ੍ਹ ਆਈ ਸੀ ਉਹਨਾਂ ਨਾਲ ਮੈਂ ਇੰਟਰਵਿਊ ਵੀ ਕੀਤੀ ਔਰ ਉਹਨਾਂ ਦੀ ਡਿਟੇਲ ਇਸ ਗੱਲ ਤੇ ਜਿਹੜਾ ਵਿਊ ਉਹ ਕਹਿੰਦੇ ਨੇ ਵੀ ਨੰਬਰ 1 ਇਹ ਹੈ ਵੈਸੇ ਤਾਂ ਉਹਨਾਂ ਦਾ ਸੀ ਵੀ ਸੁਪਰੀਮ ਕੋਰਟ ਨੂੰ ਇਸ ਗੱਲ ਦਾ ਸੰਗਿਆਨ ਲੈਣਾ ਚਾਹੀਦਾ ਪਰ ਕਿਉਂ ਨਹੀਂ ਕਿਉਂਕਿ ਇਹਦੇ ਨਾਲ ਹੋਰ ਪੰਡੋਰਾ ਬਾਕਸ ਖੁੱਲਦਾ ਹੈ ਇਦੋਂ ਪਹਿਲਾਂ ਹੀ ਜਿਹੜੇ ਗੈਰ ਸੰਵਿਧਾਨਕ ਕੇਸ ਨੇ ਚਾਹੇ ਉਹ ਨਾਗਰਿਕ ਸੂਤ ਮਿਲਦਾ ਹੈ ਚਾਹੇ ਉਹ ਜੰਮੂ ਕਸ਼ਮੀਰ ਦੇ ਮਾਮਲੇ ਦਾ ਹੈ ਚਾਹੇ ਉਹ ਜੁਏਪੀਏ ਦਾ ਹੈ ਚਾਹੇ ਉਹ ਐਨਆਈਏ ਦਾ ਹੈ ਉਹ ਕਿੰਨੇ ਹੀ ਪਏ ਹੋਏ ਨੇ ਫਿਰ ਉਹ ਸਾਰਿਆਂ ਦਾ ਕੋਈ ਨਾ ਕੋਈ ਸੋਲੂਸ਼ਨ ਕਰਨਾ ਪਏਗਾ ਤੇ ਉਹ ਗਵਰਨਮੈਂਟ ਉਹਦੇ ਚ ਬੜੀ ਬੁਰੀ ਤਰ੍ਹਾਂ ਇਨਵੋਲਵ ਹੁੰਦੀ ਹੈ ਉਹ ਸਾਰੇ ਮਾਮਲੇ ਜੇ ਸੁਪਰੀਮ ਕੋਰਟ ਨੂੰ ਕੀ ਦਿੱਕਤ ਹੈ ਜੇ ਗਵਰਨਮੈਂਟ ਕਰਦੀ ਹੈ ਤੇ ਇਹੀ ਤਾਂ ਕੁਐਸਚਨ ਹੈ ਕਿ ਕੀ ਜੁਡੀਸ਼ਰੀ ਉਸ ਲੈਵਲ ਤੇ ਇੰਡੀਪੈਂਡੈਂਟ ਰੋਲ ਪਲੇ ਕਰ ਰਹੀ ਹੈ ਨਹੀਂ ਇਸੇ ਲਈ ਤਾਂ ਉਹ ਇਹ ਕਹਿ ਰਹੇ ਨੇ ਕਿ ਇੱਕ ਪਹਿਲਾ ਆਣਾ ਚੀਫ ਜਸਟਿਸ ਜਦੋਂ ਰਿਟਾਇਰ ਹੋਣ ਦੇ ਅਗਲੇ ਦਿਨ ਰਾਸਵਾ ਜੁਆਇਨ ਕਰ ਲੈਂਦਾ ਤਾਂ ਇਹ ਸਵਾਲ ਖੜਾ ਹੁੰਦਾ ਕਿਸ ਕਿਸਾਨ ਕਿਉਂ ਨਹੀਂ ਜਾ ਰਹੇ ਤੁਸੀਂ ਇੱਕ ਪੀ ਸਾਈਨ ਅਥਰਾਂ ਦਾ ਸਵਾਲ ਖੜਾ ਕਰ ਲਿਆ ਬਹੁਤ ਵੱਡਾ ਨਾਮ ਹੈ ਪੀ ਸਾਈਨ ਅਥਰਾਂ ਦਾ ਪੀ ਸਾਈਨ ਅਥ ਦਾ ਜ਼ਿਕਰ ਹੋ ਰਿਹਾ ਹੁਣ ਜਿਹੜੀ ਚਾਰ ਮੈਂਬਰ ਦੀ ਕਮੇਟੀ ਬਣਦੀ ਉੱਥੇ ਪੀ.ਐਸ.ਆਈ.ਨਾਦ ਕਿੱਥੇ ਆ ਕਿਤੇ ਨਹੀਂ ਅਸਲ 'ਚ ਜਦੋਂ ਪੀ.ਐਸ.ਆਈ.ਨਾਦ ਦਾ ਨਾਮ ਲਿਆ ਤਾਂ ਉਦੋਂ ਸ਼ਾਇਦ ਇਹ ਸੀ ਕੋਰਟ ਨੂੰ ਵੀ ਕਿ ਲੋਕਾਂ ਦਾ ਭਰੋਸਾ ਕਿਉਂਕਿ ਜਿਹੜੇ ਇੰਟੈਲੈਕਚੁਅਲ ਚ ਲੋਕਾਂ ਦਾ ਭਰੋਸਾ ਹੈ ਆਫਟਰ ਆ ਲੋ ਹੋਣਗੇ ਵਿੱਚ ਤਾਂ ਕਮੇਟੀ ਵੀ ਕਈ ਵਾਰ ਠੀਕ ਹੋ ਜਾਂਦੀ ਹੈ ਉਦੋਂ ਪੀ.ਐਸ.ਆਈ.ਨਾਦ ਨੇ ਰਿਐਕਟੇ ਕੀਤਾ ਸੀ ਕਿ ਅਜੇ ਗਵਰਨਮੈਂਟ ਨੇ ਤਾਂ ਕੋਈ ਕਮੇਟੀ ਨਹੀਂ ਬਣਾਈ ਮੈਂ ਇਹਦੇ ਤੋਂ ਬਾਅਦ ਹੀ ਕੁਝ ਕਹਿ ਸਕਦਾ ਔਰ ਇਸੇ ਕਰਕੇ ਹੁਣ ਤਾਂ ਇਹ ਲੱਗਦਾ ਬਿਲਕੁਲ ਇਸੇ ਕਰਕੇ ਇਸ ਕਮੇਟੀ ਤੇ ਬਹੁਤੇ ਸਵਾਲ ਉੱਠ ਰਹੇ ਨੇ ਕਿ ਇਹ ਦੋ ਸਟਰੀਮਾਂ ਸੀਗਾ ਇਸ ਦੇਸ਼ ਦੇ ਵਿੱਚ ਸ਼ੁਰੂ ਤੋਂ ਜਦੋਂ ਤੋਂ WTO ਆਇਆ ਇੱਕ ਦੀ ਗਵਾਈ ਜਿਹੜਾ ਸਰਦ ਜੋਸੀ ਕਰ ਰਿਹਾ ਸੀ ਛੇਤਕਾਰੀ ਕਿਸਾਨ ਸੰਗਠਨ ਦੇ ਨਾਲ ਤੇ BKJ ਦਾ ਮਾਨ ਗਰੁੱਪ ਉਦੋਂ ਦੇ ਨਾਲ ਸੀ ਤੇ ਦੂਜੇ ਦੀ ਗਵਾਈ ਤਕੈਤ ਗਰੁੱਪ ਕਰ ਰਿਆ ਸੀ ਜਦੋਂ ਉਦੋਂ ਸਮਾਂ ਇੱਕ WTO ਤੇ ਕਾਰਪੋਰੇਟ ਖੇਤੀ ਦੇ ਅਗੇਂਸਟ ਸੀ ਦੂਜਾ ਉਹਦੇ ਪੱਖ ਦੇ ਵਿੱਚ ਸੀ ਇਹ ਦੋਨੋਂ ਬੰਦੇ ਉਹਦੇ ਪੱਖ ਵਿੱਚ ਆਲੇ ਨੇ ਪਹਿਲਾਂ ਤੋਂ ਹੀ ਅੱਜ ਤੋਂ ਨਹੀਂ ਆਏ ਮਤਲਬ 89 ਤੋਂ 88 ਤੋਂ ਲੈ ਕੇ ਜਦੋਂ ਤੱਕ ਇਹ ਕੰਮ ਚੱਲ ਰਹੀ ਹੈ ਤੇ ਦੋਨੋਂ ਸਕਾਲਰ ਵੀ ਜਿਹੜੇ ਲੈ ਨੇ ਉਹ ਵੀ ਉਹੀ ਨੇ ਜਿਹੜੇ ਰੋਜ਼ ਆਪਣੀ ਗੱਲ ਕਰ ਰਹੇ ਨੇ ਇਸੇ ਕਰਕੇ ਕਮੇਟੀ ਦੀ ਫਾਰਮੇਸ਼ਨ ਤੇ ਸਾਰੇ ਲੋਕ ਸਵਾਲ ਉਠਾ ਰਹੇ ਨੇ ਕਿ ਇਹ ਕਮੇਟੀ ਤਾਂ ਹੈ ਹੀ ਇੱਕ ਪਾਸੜ ਤੇ ਉਹ ਪਤਾ ਹੀ ਆ ਅੱਜ ਰਿਜ਼ਲਟ ਜਿਹੜਾ ਦਵਿੰਦਰ ਸ਼ਰਮਾ ਨੇ ਵੀ ਇਹ ਕਿਹਾ ਬਾਕੀ ਲੋਕਾਂ ਨੇ ਵੀ ਜਿੰਨਿਆਂ ਨੇ ਕਿਹਾ ਕਿ ਇਹਦਾ ਰਿਜ਼ਲਟ ਅੱਜ ਲੈ ਲੋ रिजल्ट ਪਤਾ ਕੀ ਕੀ ਨਿਕਲਣਾ ਤਾਂ ਫਿਰ ਉਹਦੇ ਤੇ ਭਰੋਸਾ ਕਿਵੇਂ ਪੈਦਾ ਹੋਊਗਾ ਕਿਸਾਨਾਂ ਅੱਚ ਜਾਂ ਦੂਜੀ ਧਿਰ ਚ ਜਿਹਦੇ ਕਰਕੇ ਕਮੇਟੀ ਬਣਾ ਰਹੇ ਹੋ ਉਹ ਕਿਉਂ ਮੰਨਣਗੇ ਕਿਸਾਨਾਂ ਨੇ ਕਹਿ ਦਿੱਤਾ ਕਿ ਸਾਨੂੰ ਉਹਤੇ ਕੋਈ ਭਰੋਸਾ ਨਹੀਂ ਵੈਸੇ ਵੀ ਪ੍ਰਿੰਸੀਪਲੀ ਸਿਧਾਂਤਕ ਤੌਰ ਤੇ ਅਸੀਂ ਕਿਸੇ ਕਮੇਟੀ ਦੇ ਪੱਖ ਚ ਨਹੀਂ ਆ ਕਿਉਂਕਿ ਇੱਕ ਧਿਰ ਹੈ ਜਿਹਨੂੰ ਗਵਰਨਮੈਂਟ ਦੇ ਨਾਲ ਪ੍ਰੋਬਲਮ ਹੈ ਉਹ ਹੈ ਵੱਡੀ ਕਿਸਾਨੀ ਤੇ ਜਦੋਂ ਉਹਦੇ ਨਾਲ ਗੱਲਬਾਤ ਹੋ ਰਹੀ ਆ ਕਿਸਾਨ ਪੱਧਰ ਤੇ ਡਾਇਰੈਕਟ ਤੁਹਾਡੀ ਦੋ ਚੀਜ਼ਾਂ ਚ ਗੱਲ ਹੋਦੀ ਆ ਉੱਥੇ ਕਮੇਟੀਆਂ ਦੀ ਰੋਲ ਹੁੰਦੀ ਆ ਜਿੱਥੇ ਡਾਇਰੈਕਟ ਗੱਲ ਨਾ ਹੋ ਸਕਦੀ ਹੋਵੇ ਜਿੱਥੇ ਕੋਈ ਪ੍ਰੋਬਲਮ ਹੋਵੇ ਇਸ ਲੈਵਲ ਦੀ ਦੋਨਾਂ ਦੀ ਗੱਲਬਾਤ ਹੋ ਰਹੀ ਆ ਤੇ ਦੋਨਾਂ ਦੀ ਗੱਲਬਾਤ ਦੇ ਵਿੱਚੋਂ ਹੀ ਉਹਦਾ ਹੱਲ ਹੋਣਾ ਚਾਹੀਦਾ ਤੇ ਪਾਰਲੀਮੈਂਟ ਨੇ ਕਾਨੂੰਨ ਪਾਸ ਕੀਤਾ ਜਦੋਂ ਵੀ ਹੱਲ ਹੋਏਗਾ ਉਦੋਂ ਵੀ ਪਾਰਲੀਮੈਂਟ ਚ ਹੋਣਾ ਤਾਂ ਕਿਉਂ ਨਹੀਂ ਪਾਰਲੀਮੈਂਟ ਦਾ ਸੈਸ਼ਨ ਬੁਲਾ ਕੇ ਉੱਥੇ ਚਰਚਾ ਹੋ ਜਾਂਦੀ ਪ੍ਰੋਪਰ ਇੱਕ ਆਰਗੂਮੈਂਟ ਹੈ ਇਸ ਆਰਗੂਮੈਂਟ ਚ ਨਾਮ ਵੀ ਹੈ ਨੇ ਸੁਪਰੀਮ ਕੋਰਟ ਸੂਮਟੋ ਲੈ ਸਕਦਾ ਇਸ ਪੂਰੇ ਮ ਬਿਲਕੁਲ ਲੈ ਸਕਦੇ ਸੁਪਰੀਮ ਕੋਰਟ ਕਿਸੇ ਵੀ ਚੀਜ਼ ਦਾ ਜਿੱਥੇ ਵੀ ਉਹਨੂੰ ਇਹ ਲੱਗਦਾ ਹੋਵੇ ਕਿ ਉਹਦੇ ਕੋਲ ਇੱਕ ਤਾਕਤ ਹੈ ਜਿਵੇਂ ਹਾਈ ਕੋਰਟਾਂ ਕੋਲ ਤੇ ਸੁਪਰੀਮ ਕੋਰਟ ਕੋਲ ਕਿ ਜਿੱਥੇ ਕਿਤੇ ਕਾਨੂੰਨ ਦੀ ਦੁਰਵਰਤੋਂ ਹੁੰਦੀ ਹੋਵੇ ਜਿੱਥੇ ਕਿਤੇ ਉਹਨੂੰ ਇਹ ਲੱਗਦਾ ਹੋਵੇ ਕਿ ਕਾਨੂੰਨ ਲਾਗੂ ਨਹੀਂ ਹੋ ਰਿਹਾ ਜਿੱਥੇ ਕਿਤੇ ਲੱਗਦਾ ਹੋਵੇ ਸੰਵਿਧਾਨ ਦੀ ਸਪਿਰਟ ਦੇ ਖਿਲਾਫ ਹੈ ਉੱਥੇ ਸੁਪ ਮੋਟਰ ਲੈ ਸਕਦੇ ਨੇ ਨਹੀਂ ਹਮੀਰ ਸਿੰਘ ਜਿਸ ਤਰੀਕੇ ਨਾਲ ਤੁਸੀਂ ਇਸ ਸਾਰੇ ਵਰਤਾਰੇ ਨੂੰ ਸਮਝਾ ਰਹੇ ਹੋ ਮੈਨੂੰ ਉਹ ਲੱਗਦਾ ਕਿ ਤੁਸੀਂ ਸਾਰੇ ਸਿਸਟਮ 'ਤੇ ਸਵਾਲ ਚੁੱਕ ਰਹੇ ਹੋ ਬਿਲਕੁਲ ਰੌਲਾਈ ਸਿਸਟਮ ਦਾ ਸੱਚ ਹੁਣ ਹੁਣ ਤਾਂ ਆ ਕੇ ਗੱਲ ਸਿਸਟਮ ਤੇ ਖੜੀ ਹੋ ਗਈ ਹੈ ਇੱਕ ਸਮੇਂ ਜਿਹੜੀ ਲੜਾਈ ਸੀ ਐਸ ਗੁਰੂ ਹੋਈ ਸੀ ਜਿਵੇਂ ਕੇਂਦਰ ਤੇ ਸਰਕਾਰ ਤੇ ਕਿਸਾਨਾਂ ਦੇ ਵਿੱਚ ਟਕਰਾਏ ਫਿਰ ਇਹ ਲੜਾਈ ਚਲਦੀ ਚਲਦੀ ਕਿੱਥੇ ਵਾਗ ਗਈ ਕਿ ਕੇਵਲ ਕਿਸਾਨਾਂ ਤੇ ਕੇਂਦਰ ਚ ਨਹੀਂ ਰਹਾ ਉਹਨਾਂ ਨੂੰ ਲੱਗਿਆ ਵੀ ਕੇਂਦਰ ਦੇ ਪਿੱਛੇ ਵੀ ਇੱਕ ਬੜਾ ਵੱਡਾ ਇੱਕ ਹੋਰ ਤਾਕਤ ਹੈ ਜਿਹਨੂੰ ਉਹਨਾਂ ਨੇ ਕਾਰਪੋਰੇਟ ਕਢਾ ਰਹੇ ਅਡਾਨੀ ਤੇ ਅਮਾਨੀ ਦਾ ਨਾਂ ਦੇ ਰੂਪ ਦੇ ਵਿੱਚ ਪੇਸ਼ ਕੀਤਾ ਕਿ ਜਿੱਦੂ ਫਾਇਦਾ ਹੋਣਾ ਹੈ ਕੇਂਦਰ ਤਾਂ ਵਿਚ ਹੈ ਜਿਹਨੂੰ ਜ਼ਿਆਦਾ ਫਾਇਦਾ ਹੋਣਾ ਉਹ ਹੈਗਾ ਉਹ ਇਸੇ ਕਰਕੇ ਇੰਨੀ ਜਗ੍ਹਾ ਕਦੇ ਟੋਲ ਪਲਾਜ਼ਾ ਤੇ ਕਦੇ ਮੌਲਾ ਤੇ ਕਦੇ ਬਾਕੀ ਜਗ੍ਹਾ ਵੀ ਜਿਹੜਾ ਧਰਨੇ ਉਸ ਰੂਪ ਚ ਚੱਲ ਰਹੇ ਨੇ ਤੇ ਹੁਣ ਕੋਰਟ ਦੇ ਵਿੱਚ ਕਿਸਾਨ ਖੁਦ ਨਹੀਂ ਸੀ ਜਾਣਾ ਚਾਹੁੰਦਾ ਕਿਉਂਕਿ ਉਹਨੂੰ ਇਹ ਲੱਗ ਰਿਹਾ ਸੀ ਕਿ ਬੜੇ ਪੈਂਡਿੰਗ ਕੇਸ ਪਏ ਨੇ ਇੰਨਾ ਸਮੇਂ ਚ 4 ਕਰੋੜ ਕੇਸ ਪੈਂਡਿੰਗ ਪਏ ਐ ਤੇ ਜਿਹਦੇ ਚੋਂ 2 ਲੱਖ ਕੇਸ ਇਹੋ ਜਾਂ ਪੈਂਡਿੰਗ ਪਏ ਐ ਜਿਹੜਾ ਜਾਨ ਦੇ ਨਾਲ ਸੰਬੰਧਿਤ ਹੈ ਜਿਹੜਾ ਹੈਬਸ ਕੋਰਪਸ ਪੈਂਦੀਆਂ ਨੇ ਕਿ ਮੇਰੀ ਜਾਨ ਨੂੰ ਖਤਰਾ ਹੈ ਤੇ ਅੱਜ ਹੀ ਕਰਨਾ ਹੁੰਦਾ ਕੰਮ ਉਹੋ ਜਿਹੇ ਕੇਸ ਪੈਂਡਿੰਗ ਨੇ ਉਹ ਭਰੋਸਾ ਥੋੜਾ ਜਿਆਦਾ ਡੰਗ ਮਗਾਉਂਦਾ ਉਹਦੇ ਨਾਲ ਕਿ ਵੀ ਸਾਡੇ ਵਾਲੀ ਕਾਦੋਸਣ ਬਾਈ ਹੋਣੀ ਹੈ ਜਦ ਤੱਕ ਤਾਂ ਇਹ ਕਾਨੂੰਨ ਸਾਨੂੰ ਉਸ ਪੱਧਰ ਦੇ ਉੱਤੇ ਲੈ ਕੇ ਜਾਣਗੇ ਇਸ ਲਈ ਹੁਣ ਜਦੋਂ ਉਸ ਲੈਵਲ ਦਾ ਸਵਾਲ ਆਉਂਦਾ ਕੋਰਟ ਨੇ ਵੀ ਇੱਕ ਫੈਸਲਾ ਕਰਤਾ ਤਾਂ ਬਿਨਾਂ ਸ਼ੱਕ ਇਹ ਲੜਾਈ ਅੱਗੇ ਸਿਸਟਮ ਦੀ ਲੜਾਈ ਹੋ ਜੂ ਕਿ ਸਾਨੂੰ ਸਿਸਟਮ ਕਿਹਾ ਜਾਂ ਚਾਹੀਦਾ ਕਿ ਕੀ ਸਾਨੂੰ ਆਉਣ ਵਾਲੇ ਦਿਨਾਂ ਚ ਇਸ ਸਿਸਟਮ ਦੇ ਵਿੱਚ ਡਿਵੈਲਪਮੈਂਟ ਦਾ ਇਹੀ ਮਾਡਲ ਚਾਹੀਦਾ ਜਿੱਥੇ ਕਾਰਪੋਰੇਟ ਹੀ ਸਾਰੇ ਸੋਭਿਆਂ ਦੇ ਵਿੱਚ ਜਾਏਗਾ ਪਹਿਲਾਂ ਵਪਾਰ ਦੇ ਵਿੱਚ ਆ ਗਿਆ ਉਦਯੋਗ ਦੇ ਵਿੱਚ ਆ ਗਿਆ ਤੇ ਹੁਣ ਖੇਤੀ ਦੇ ਵਿੱਚ ਵੀ ਆਏਗਾ ਜਾ ਸਾਨੂੰ ਇਹਦੇ ਤੋਂ ਕੋਈ ਬਦਲਵਾ ਮਾਡਲ ਚਾਹੀਦਾ ਕੋਈ ਆਲਟਰਨੇਟਿਵ ਮਾਡਲ ਚਾਹੀਦਾ ਜਿਹੜਾ ਮਾਡਲ ਇੱਕ ਅਲੱਗ ਤਰ੍ਹਾਂ ਦੀ ਖੇਤੀ ਅਲੱਗ ਤਰ੍ਹਾਂ ਦਾ ਆਬਾਤਾ ਵਰਨ ਅਲੱਗ ਤਰ੍ਹਾਂ ਦੀਆਂ ਗੱਲਾਂ ਤੇ ਕੋਈ ਕੇਂਦਰਤ ਹੋਵੇ ਕਿਸੇ ਲੈਵਲ ਦਾ ਹੁਣ ਅਗਲੀ ਡਿਬੇਟ ਇੱਥੇ ਸ਼ੁਰੂ ਹੋਣੀ ਹੈ ਔਰ ਛੋਟਾ ਪਹਿਲਾਂ ਵੀ ਇਸ ਤੋਂ ਬਾਅਦ ਗੱਲਾਂ ਤਾਂ ਹੋਣ ਲੱਗੀਆਂ ਨੇ ਪਰ ਵੱਡੇ ਪੈਮਾਨੇ ਤੇ ਡਿਬੇਟ ਸਾਰੀ ਦੁਨੀਆ ਦੀ ਬਣੇਗੀ ਤੇ ਸਾਡੀ ਵੀ ਬਣੇਗੀ ਇਸੇ ਕਰਕੇ ਦਲੀਲ ਆਉਂਦੀ ਆ ਸਭ ਦੇ ਸਾਹਮਣੇ ਕਿ ਦੁਨੀਆ ਦਾ ਇੱਕ ਵੀ ਦੇਸ਼ ਇਹੋ ਜਾਨੀ ਹੈ ਜਿੱਥੇ ਖੇਤੀ ਲਾਹੇਵੰਦਾ ਹੋਵੇ 100 ਬਿਲੀਅਨ ਡਾਲਰ ਸਬਸਿਡਾਈਜ਼ ਕਰਕੇ ਤਾਂ ਯੂਰਪ ਆਪਣੇ ਬੰਦਿਆਂ ਨੂੰ ਮਤਲਬ ਖੇਤੀ ਚ ਰੱਖ ਰਿਹਾ ਔਰ ਖੇਤੀ ਚੋਂ ਬੰਦੇ ਕੱਢੇ ਜਾ ਚੁੱਕੇ ਨੇ ਬਾਕੀ ਅਮੀਰ ਦੇਸ਼ਾਂ ਦੇ ਵਿੱਚ ਤਾਂ ਅਮਰੀਕਾ ਦਾ 1.5% ਰਹਿ ਗਿਆ ਯੂਰਪ ਦੇ 2.5% ਲੋਕ ਖੇਤੀ ਚ ਰਹੇਗੇ ਉਹ ਵੀ ਜੇਕਰ ਲਾਹੇ ਬੰਦਾ ਨਹੀਂ ਉਹਨੇ ਇੱਕ ਥੋੜੀ ਆਬਾਦੀ ਵੀ ਤਾਂ 14 ਕਰੋੜ ਬੰਦਾ ਜਿਹਦੇ ਨਾਲ ਪੰਜ-ਪੰਜ ਮੈਂਬਰਾਂ ਦਾ ਪਰਿਵਾਰ ਜੁੜਿਆ 65-70 ਕਰੋੜ ਬੰਦਾ ਉਹ ਇਸ ਮਾਡਲ ਤੇ ਚੱਲ ਕੇ ਕਿਸ ਤਰੀਕੇ ਦੇ ਨਾਲ ਆਪਣਾ ਪਰਿਵਾਰ ਪਾਲ ਸਕਦਾ ਇਹ ਕੁਐਸਚਨ ਤਾਂ ਹੈਗਾ ਹੀ ਆ ਬਾਈ ਨਹੀਂ ਤੁਸੀਂ ਅਮਰੀਕਾ ਦੀ ਗੱਲ ਕੀਤੀ ਯੂਰਪ ਦਾ ਜ਼ਿਕਰ ਕਰ ਲਿਆ ਤੁਸੀਂ ਹਮੀਤ ਸਿੰਘ ਜੀ ਅਮਰੀਕਾ ਯੂਰਪ ਕੀ ਜ਼ਿਆਦਾ ਟਿੱਡ ਨਹੀਂ ਭਰਦੇ ਨਹੀਂ ਭਰਦੇ ਨਾ ਹਾਂ ਉਹ ਇਸ ਲਈ ਟਿੱਡ ਭਰਦੇ ਨੇ ਔਰ ਜੇ ਉੱਤਸਾ ਪਟਨਾਇਕ ਇੱਕ ਪ੍ਰੋਫੈਸਰ ਹੈ ਜਬਰ ਲਾਲ ਨੈਲ ਜੂਨੀਵਰਸਿਟੀ ਨੂੰ ਰਿਸਰਚ ਕੀਤੀ ਹੈ ਉਹਨੇ ਰਿਸਰਚ ਇਹ ਕੀਤੀ ਹੈ ਕਿ ਇੰਡੀਆ ਚ 1938 ਤੱਕ ਪਿਛਲੇ ਇੱਕ ਉਹ 100 ਸਾਲ ਦੇ ਵਿੱਚ 43 ਟ੍ਰਿਲੀਅਨ ਡਾਲਰ ਇਸ ਹਿੰਦੁਸਤਾਨ ਚੋਂ ਬਰਤਾਨੀਆ ਚ ਗਿਆ ਇਸੇ ਤਰ੍ਹਾਂ ਬਾਕੀ ਦੇ ਜਿਹੜੇ ਅਮੀਰ ਦੇਸ਼ ਨੇ ਉਹਨਾਂ ਦੀਆਂ ਕਲੋਨੀਆ ਰਹੀਆਂ ਨੇ ਉਹਨਾਂ ਕਲੋਨੀਆ ਦੇ ਵਿੱਚੋਂ ਲੱਗਿਆ ਪੈਸੇ ਨਾਲੋਂ ਅਮੀਰੀ ਹੈ ਉਨੇ ਉਹਦੇ ਆਪਣੇ ਸਿਸਟਮ ਤੋਂ ਕਿਤੇ ਹੋਰ ਕਰ ਲਿਆ ਔਰ ਇਸੇ ਕਰਕੇ ਉਹਨਾਂ ਦੇ ਬੰਦੇ ਨਿਕਲ ਕੇ ਦੂਜੇ ਥਾਂਵਾਂ ਤੇ ਉਹਨਾਂ ਨੂੰ ਨੌਕਰੀਆਂ ਮਿਲੀਆਂ ਨੇ ਅੱਜ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਦੌਰ ਹੈ ਜਦੋਂ ਮਨੁੱਖੀ ਬੌਧਿਕਤਾ 'ਚ ਆਟੋਮਾਈਜੇਸ਼ਨ ਆ ਰਹੀ ਹੈ ਨੌਕਰੀਆਂ ਖਤਮ ਹੋ ਰਹੀਆਂ ਨੇ ਅੱਜ ਟਰੰਪ ਨਾਲ ਸਲਵਾਤ ਤੇ ਉਤਰਿਆ ਹੈ ਅੱਜ ਆਸਟ੍ਰੇਲੀਆ ਦੇ ਵਿੱਚ ਰੋਕਾਂ ਨਾ ਕਰਈਆਂ ਨੇ ਵੱਖ-ਵੱਖ ਜਗ੍ਹਾ ਰੋਕਾਂ ਨਾ ਕਰਈਆਂ ਨੇ ਤਾਂ ਸਾਡੇ ਇੰਨੇ ਕਰੋਨਾ ਬੰਦਿਆਂ ਲਈ ਜੌਬ ਕਿੱਥੇ ਆ ਰੁਜ਼ਗਾਰ ਕਿੱਥੇ ਹੋਏਗਾ ਅਗਲਾ ਕੁਐਸਚਨ ਉਹਨਾਂ ਦੀ ਰੋਜੀ ਰੋਟੀ ਦਾ ਹੈ ਜਿਹੜੀ ਕਾਰਪੋਰੇਟ ਦੀ ਇਹ ਹੈ ਕਿ ਵੱਡੇ ਖੇਤ ਬਣਾਵਾਂਗੇ ਅਸੀਂ ਠੀਕ ਖੇਤੀ ਕਰਾਂਗੇ ਇਹ 12 ਅਰਬ ਡਾਲਰ ਦਾ ਵਪਾਰ ਹੈ ਅਸਲ ਦੇ ਵਿੱਚ ਤੁਸੀਂ ਦੇਖੋ ਕੋਵਿਡ ਦੇ ਵਿੱਚ ਬਾਕੀ ਦੇ ਸਾਰੀਆਂ ਚੀਜ਼ਾਂ ਖੜੋਤ ਹੋ ਗਈਆਂ ਸੀ ਕਿਵੇਂ ਅੰਮਣ ਮੱਤਿ ਅਮੀਰੀ ਜਿਹੜੀ ਕੁਝ ਘਰਾਣਿਆਂ ਕੋਲ ਚਲੀ ਗਈ ਜਿਹੜੇ ਖੁਰਾਕ ਦੇ ਕਿਤੇ ਦੇ ਵਿੱਚ ਸੀ ਉਹਨਾਂ ਕੋਲ ਔਰ 23000 ਕਰੋੜ ਦੀ ਅੰਬਾਨੀ ਫਾਰਚੂਨ ਕੰਪਨੀ ਖਰੀਦ ਲੈਂਦਾ ਜਿਹੜੇ ਫਾਰਚੂਨ ਦੇ ਐਂਗਲ ਤੋਂ ਇਸ ਖੁਰਾਕ ਦੇ ਧੰਦੇ ਦੇ ਵਿੱਚ ਨੇ ਉਹ ਅਮੀਰੀ ਦਿਖਾਈ ਦਿੰਦੀ ਹੈ ਪੈਸਾ ਬਹੁਤ ਆ ਫੂਡ ਦੇ ਖੇਤਰ ਚ ਐਸੀ ਗੱਲ ਨਹੀਂ ਫੂਡ ਤੇ ਪੈਸਾ ਨਹੀਂ ਹੈ ਪਰ ਕਿਸਾਨ ਮਾਰਿਆ ਜਾ ਰਿਹਾ ਹੈ ਜਿਆ ਕਿਸਾਨ ਕੀ ਕਰੇ ਬਹੁਤ ਇੰਪੋਰਟੈਂਟ ਸਵਾਲ ਤੁਸੀਂ ਚੁੱਕਿਆ కార్ਪੋਰੇਟ ਫੂਡ ਚੇਨ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਵਾਪਸ ਆਵਾਂਗੇ ਹਮੇਸ਼ਾ ਸਿੰਘ ਹਰੋਂ ਤੋਂ ਹੋਰ ਵੀ ਸਵਾਲ ਲੈਣੇ ਆ ਸਵਾਲ ਇਹ ਬੜਾ ਮਹੱਤਵਪੂਰਨ ਹੈ ਕਿ 50 ਦਿਨਾਂ ਦੇ ਵਿੱਚ ਟੁਕਿਆ ਇਹ ਕਿਸਾਨ ਅੰਦੋਲਨ ਸੁਪਰੀਮ ਕੋਰਟ ਨੂੰ ਕਿ ਤੇ ਆਮ ਲੋਕ ਇਸ ਅੰਦੋਲਨਾ ਕਿਨੇ ਜੁੜੇ ਹੋਏ ਆ ਸਵਾਲ ਪ੍ਰੋਡਿਊਸਰ ਤੇ ਕੰਜ਼ਿਊਮਰ ਦਾ ਹੋਵੇਗਾ ਵਾਪਸ ਆ ਕੇ ਪੁੱਛਾਂਗੇ ਜਰੂਰ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਆ ਹਮੇਸ਼ ਸਿੰਘ ਹਰੀ ਸਾਡੇ ਨਾਲ ਮੌਜੂਦ ਹੈਗੇ ਆ ਹਮੇਸ਼ ਸਿੰਘ ਜੀ ਸਵਾਲ ਤੁਸੀਂ ਕਾਰਪੋਰੇਟ ਤੇ ਚੱਕਿਆ ਸੀਗਾ ਅ ਇੱਕ ਸਵਾਲ ਇਹ ਖੜਾ ਕੀਤਾ ਜਾ ਰਿਹਾ ਹੋ ਸਕਦਾ ਮੈਨੂੰ ਤੁਹਾਨੂੰ ਮੇਰਾ ਸਵਾਲ ਵੀ ਪਸੰਦ ਨਾ ਆਵੇ ਉਹ ਕਹਿੰਦੇ ਕਾਰਪੋਰੇਟ ਨੌਕਰੀਆਂ ਦਿੰਦਾ ਹੈ ਕਾਰਪੋਰੇਟ ਰੁਸਕਾਰ ਦਿੰਦਾ ਹੈ ਤੁਸੀਂ ਕਹਿੰਦੇ ਕਾਰਪੋਰੇਟ ਸਿਰਫ ਕਪਚਾ ਕਰਦਾ ਨੌਕਰੀਆਂ ਨਹੀਂ ਦਿੰਦਾ ਡਾਕਰੀਆਂ ਦਿੰਦਾ ਹੂੰ ਕਿੰਨੀਆਂ ਦਿੰਦਾ ਉਹਦੇ ਮੁਕਾਬਲੇ ਇਹਦਾ ਕੁਐਸਚਨ ਹੈ ਰਿਟੇਲ ਦੇ ਬਿਜ਼ਨਸ ਚ ਕਾਰਪੋਰੇਟ ਆ ਰਹੇ ਹਨ ਇੱਕ ਮਾਲ ਖੁੱਲੀ ਐ ਅਲੰਤੇ ਮਾਲ ਨਾਲ ਸਾਡੇ ਸਾਹਮਣੇ ਇਹਨੇ ਕਿੰਨੀਆਂ ਨੌਕਰੀਆਂ ਦਿੱਤੀਆਂ ਨੇ ਗਿਣ ਕੇ ਦੇਖ ਲਓ 1700 ਦੁਕਾਨ ਉਜੜਦੀ ਐ ਇੱਕ ਮਾਲ ਨਾਲ ਇਹ ਸਾਡਾ ਤਜਰਬਾ ਨਹੀਂ 50 ਸਾਲ ਪਹਿਲਾਂ ਦਾ ਵਾਲਮਾਰਟ ਦਾ ਦੁਨੀਆ ਦਾ ਤਜਰਬਾ ਹੈ ਜਿੱਥੇ ਵੀ ਕਿਤੇ ਇੱਕ ਮਾਲ ਖੁੱਲਦੀ ਐ 1700 ਦੁਕਾਨ ਕਿੰਨੇ ਪਰਿਵਾਰਾਂ ਨੂੰ ਪਾੜਦੀ ਸੀ ਉਹ ਇੱਕ ਇੱਕ ਦੁਕਾਨ ਤੇ ਕਿੰਨੇ 2 2 4 4 ਰੜ ਕੇ ਕਿੰਨਾ ਕੰਮ ਕਰਦੇ ਸੀ ਤੇ ਫਿਰ ਵੀ ਆਪਣੇ ਪੜ ਦਾ ਇੱਕ ਅਹਿਸਾਸ ਸੀ ਤੇ ਜੇ ਇਹ ਕਾਰਪੋਰੇਟ ਦੇ ਵਿੱਚ ਜਿਹੜੇ ਬੰਦੇ ਜਾਂਦੇ ਨੇ ਜਿਹੜੇ ਬੱਚੇ ਨੌਕਰੀਆਂ ਕਰਦੇ ਨੇ ਉਹਨਾਂ ਦਾ ਕੀ ਹਾਲਤ ਕਿੰਨਾ ਕੁ ਮਿਲਦਾ ਇਹ ਸਾਰੇ ਉਸ ਜਿਹੜੇ ਉਹਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਅੰਦੋਲਨਾਂ ਤੋਂ ਦੇਖਿਆ ਜਾ ਸਕਦਾ ਔਰ ਜਿਹੜੀਆਂ ਉਹਨਾਂ ਦੀ ਆਰਗੇਨਾਈਜੇਸ਼ਨਾਂ ਬਣੀਆਂ ਨੇ ਕਿ ਕਿ ਸੀਏ ਹਾਇਰ ਐਂਡ ਫਾਇਰ ਦਾ ਤਰੀਕਾ ਜਦ ਮਰਜ਼ੀ ਕੱਢ ਦੋ ਕਿਸੇ ਨੂੰ ਜਦ ਮਰਜ਼ੀ ਰੱਖ ਲਓ ਇਹ ਅਸਥਾਈ ਰੁਜ਼ਗਾਰ ਦਾ ਇੱਕ ਤਰੀਕਾ ਹੈ ਜਿੰਨਾ ਕੁ ਵੀ ਦਿੰਦੇ ਨੇ ਖਾਸ ਤੌਰ ਦੇ ਉੱਤੇ ਜਿਹੜੇ ਦੂਜੇ ਸੋਵੇ ਨੇ ਹੋਰ ਜਿਨ੍ਹਾਂ ਦੇ ਵਿੱਚ ਇਹ ਕਿਹਾ ਜਾਂਦਾ ਕਿ ਉਹ ਪੈਸੇ ਇਨਵੈਸਟ ਹੋਏਗਾ ਤੇ ਉੱਥੇ ਲੱਗੇਗਾ ਹੁਣ ਕਾਰਪੋਰੇਟ ਆ ਰਿਹਾ ਹੈ ਬਿਲਕੁਲ ਹੀ ਹਾਇਰ ਟੈਕਨੋਲੋਜੀ ਨਾਲ ਹੁਣ ਉੱਥੇ ਉਹ ਵੀ ਰੋਜ਼ਗਾਰ ਪੈਦਾ ਨਹੀਂ ਹੋ ਰਿਹਾ ਜਿਹੜਾ ਮਾੜਾ ਮੋਟਾ ਜਿਹੜਾ ਪਹਿਲਾਂ ਪੈਦਾ ਹੁੰਦਾ ਸੀ ਹੁਣ ਉਹ ਵੀ ਨਹੀਂ ਹੋਣਾ ਹੁਣ ਸਟੈਂਡਰਡਾਈਜੇਸ਼ਨ ਐਗਰੀਕਲਚਰ ਦੇ ਵਿੱਚ ਉਹ ਵੀ ਮਸ਼ੀਨ ਨਹੀਂ ਹੋਗੀ ਪਹਿਲਾਂ ਜਿੰਨੀ ਮੈਕਨਾਈਜੇਸ਼ਨ ਆ ਗਈ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਵਰਗੇ ਸਟੇਟ ਦੇ ਵਿੱਚ ਜਿੱਥੇ ਜਿੱਨੀ ਜਿੰਨੀ ਮੈਕਨਾਈਜੇਸ਼ਨ ਆਈ ਜਾਂਦੀ ਹੈ ਉਹਨੇ ਉਹਨੇ ਰੋਜ਼ਗਾਰ ਦੇ ਮੌਕੇ ਘੱਟੀ ਜਾਂਦੇ ਨੇ ਖੇਤੀ ਦੇ ਵਿੱਚ ਤੇ ਹੁਣ ਉਹ ਛੋਟੇ ਖੇਤਾਂ ਚ ਜਦੋਂ ਵੱਡੀ ਆ ਗਈ ਤਾਂ ਮਤਲਬ ਜਿਹੜੇ ਛੋਟੇ ਖੇਤਾਂ ਦੇ ਵਿੱਚ ਅਜੇ ਵੀ ਮਜ਼ਦੂਰ ਜਾਂ ਆਮ ਬੰਦੇ ਕੰਮ ਕਰਦੇ ਨੇ ਉਹਨਾਂ ਦੀ ਵੀ ਲੋੜ ਨਹੀਂ ਰਹੂਗੀ ਤਾਂ ਉਹ ਕਿੱਥੇ ਐਡਜਸਟ ਹੋਣਗੇ ਕਿੱਥੇ ਜਾਣਗੇ ਔਰ ਜੇਕਰ ਪਿੰਡਾਂ ਚੋਂ ਬੰਦੇ ਕੱਢ ਕੇ ਸ਼ਹਿਰਾਂ ਚ ਆਉਣੇ ਨੇ ਸ਼ਹਿਰ ਚ ਕਿੱਥੇ ਰਜਵਾਰ ਗੰਦੀਆਂ ਬਸਤੀਆਂ ਬਸ ਰਹੀਆਂ ਨੇ ਥੋੜਾ ਬਹੁਤ ਸ਼ਹਿਰ ਸ਼ੀਟੀ ਬਿਊਟੀ ਬੋਲਾ ਤੇ ਬਾਕੀ ਆਲੇ ਦੁਆਲੇ ਕੀ ਹੈ ਜਿੱਥੇ ਵੀ ਤੁਸੀਂ ਉਹਨਾਂ ਨੂੰ ਬਸਾਉਣਾ ਚਾਹੁੰਦੇ ਹੋ ਇਹ ਇਕੱਲਾ ਸਾਡਾ ਕਿਉਂਕਿ ਜੇ 50 ਸਾਲ ਦਾ ਇੱਕ ਐਕਸਪੀਰੀਅנס ਹੈ ਸਾਡੇ ਕੋਲ ਤਜਰਬਾ ਹੈ ਵੱਖ-ਵੱਖ ਜਗ੍ਹਾ ਦਾ ਕੋਈ ਆਇਆ ਨਹੀਂ ਕਿ ਹੁਣੇ ਆਪਾਂ ਨੂੰ ਕੋਈ ਲੱਗ ਰਿਹਾ ਉਹਦੇ ਤਜਰਬੇ ਤੋਂ ਦੇਖਿਆ ਜਾ ਸਕਦਾ ਕਿ ਲੋਕ ਕਿਉਂ ਨਹੀਂ ਉਸ ਪਾਸੇ ਜਾਂਦੇ ਨਾਲੇ ਇਹ ਕਿਹਨੇ ਕਿਹਾ ਮੈਂ ਬਾਰ-ਬਾਰ ਕਹਿੰਦਾ ਹਾਂ ਕਿ ਕਿਹੜੇ ਜੋਤਸੀ ਨੇ ਦੱਸਿਆ ਕਿ ਖੇਤੀ ਲਾਹੇਵੰਦ ਨਹੀਂ ਹੋ ਸਕਦੀ ਤੇ ਬਾਕੀ ਧੰਦੇ ਲਾਹੇਵੰਦ ਹੋ ਸਕਦੇ ਨੇ ਇਹ ਕਿਹਨੇ ਕਿਹਾ ਔਰ ਜਦੋਂ ਇਵਨ ਜੇ ਆਪਾਂ ਪੁਰਾਣਾ ਇਸ ਖਿੱਤੇ ਨਾਲ ਜੁੜੇ ਹੋਏ ਹਾਂ ਕਿਉਂਕਿ ਅਸੀਂ ਗੁਰੂ ਨਾਨਕ ਦਾ ਨਾਮ ਅੱਜਕੱਲ ਉੱਥੇ ਵੀ ਬੜਾ ਚੱਲਦਾ ਜਿਹੜਾ ਸਾਰਾ ਸੰਘਰਸ਼ ਗੁਰੂ ਨਾਨਕ ਦੇ ਨਾਂ ਤੇ ਲੜਿਆ ਜਾਂਦਾ ਗੁਰੂ ਨਾਨਕ ਸਾਹਿਬ ਨੇ ਅੰਤਲੇ 18 ਸਾਲ ਖੇਤੀ ਨੂੰ ਦਿੱਤੇ ਜਿਹੜੇ ਆਪਣੇ ਜੀਵਨ ਦੇ ਉਦੋਂ ਇੱਕ ਮੁਹਾਵਰਾ ਚੱਲਦਾ ਜੀ ਉੱਤਮ ਖੇਤੀ ਮੱਦਮ ਵਪਾਰ ਨਖਿੱਦ ਚਾકરી ਉਦੋਂ ਟਰਮਜ਼ ਆਫ ਟ੍ਰੇਡ ਜਿਹਨੂੰ ਆਪਾਂ ਕਹਿੰਦੇ ਆ ਵਪਾਰ ਸਰਤਾਂ ਖੇਤੀ ਦੇ ਪੱਖ ਵਿੱਚ ਦੂਜਿਆਂ ਦੇ ਉਨੀਆਂ ਪੱਖ ਚ ਨਹੀਂ ਸੀ ਤੇ ਉਹਦੇ ਨਾਲ ਜ਼ਿੰਦਗੀ ਚੱਲਦੀ ਸੀ ਧੜਕਦੀ ਸੀ ਸਾਰੀ ਦੁਨੀਆ ਚ ਆ ਸਾਦੀ ਜ਼ਿੰਦਗੀ ਸੀ ਜਦੋਂ ਦਾ ਇੰਡਸਟ ਉਦਯੋਗਿਕ ਕ੍ਰਾਂਤੀ ਦੇ ਨਾਂ ਤੇ ਆਇਆ ਟੋਟਲ ਟਰਮ ਆਫ ਟ੍ਰੇਡ ਦਾ ਪੈਰਾਡਾਈਮ ਬਦਲ ਗਿਆ ਟੋਟਲ ਉਦਯੋਗ ਦੇ ਪੱਖ ਚ ਤੇ ਹੋਰ ਅਸੀਂ ਇੱਕ ਡੈਫੀਨੇਸ਼ਨ ਬਣਾ ਲਈ ਉਹ ਕਿਸੇ ਵੀ ਕਿਸਮ ਦੇ ਅਰਥ ਸ਼ਾਸਤਰੀ ਆ ਚਾਹੇ ਖੱਬੇ ਪੱਕੀ ਆ ਸੱਜੇ ਸੱਜੇ ਪੱਕੀ ਆ ਅਸੀਂ ਵਿਕਾਸ ਦਾ ਪੈਮਾਨਾ ਕੀ ਬਣਾ ਲਿਆ ਵਿਕਾਸ ਦਾ ਪੈਮਾਨਾ ਇਹ ਹੈ ਕਿ ਜਿੱਥੇ ਐਨੇ ਪਰਸੈਂਟ ਜੀਡੀਪੀ ਜਿਹੜੀ ਆ ਉਹ ਉਦਯੋਗ ਤੋਂ ਸਰਵਿਸ ਖੇਤਰ ਤੋਂ ਆਏਗੀ ਤੇ ਜਿੱਥੇ ਪ੍ਰਾਇਮਰੀ ਖੇਤਰ ਜਿਹਨੂੰ ਖੇਤੀਬਾੜੀ ਕਿਹਾ ਜਾਂਦਾ ਉੱਥੇ ਘਟ ਜੂਗਾ ਉਹ ਵਿਕਸਦਾ ਤੇ ਦੂਜਾ ਘਟ ਵਿਕਸਦਾ ਦੇਸ ਹੈ ਜਾਂ ਵਿਕਾਸੇਲ ਦੇਸ ਤੁਹਾਡਾ ਸਵਾਲ ਡਵਲਪਮੈਂਟ ਮਾਡਲ ਤੇ ਹੈ ਹਮੇਸ਼ਾ ਸਿੰਘ ਇਹ ਤੁਸੀਂ ਸਵਾਲ ਖੜਾ ਕੀਤਾ ਕਿ ਬੇਰੋਜ਼ਗਾਰੀ ਵਧੂਗੀ ਰੋਜ਼ਗਾਰ ਨਹੀਂ ਹੋਏਗਾ ਸਰ ਜਿਹੜਾ ਸਵਾਲ ਤੁਸੀਂ ਖੜਾ ਕਰਦੇ ਪਿਓ ਇਹ ਆਮ ਲੋਕਾਂ ਤੱਕ ਇਹ ਸਵਾਲ ਹੈਗਾ ਕਿ ਇਨ੍ਹਾਂ ਖੇਤੀ ਕਾਨੂੰਨਾਂ ਦੇ ਜ਼ਰੀਏ ਰੋਜ਼ਗਾਰ ਵੀ ਖੁੱਸੇਗਾ ਪ੍ਰੋਡਿਊਸਰ ਤੇ ਕੰਜ਼ਿਊਮਰ ਦੇ ਵਿਚਾਲੇ ਜਿਹੜਾ ਪਾੜਾ ਖੜਾ ਕੀਤਾ ਜਾ ਰਿਹਾ ਜਿਹੜਾ ਸਵਾਲ ਸਮਝ ਨਹੀਂ ਦਿੱਤਾ ਜਾ ਰਿਹਾ ਤੁਹਾਨੂੰ ਲੱਗਦਾ ਕਿ ਇਸ ਅੰਦੋਲਨ ਦੇ ਨਾਲ ਪ੍ਰੋਡਿਊਸਰ ਤੇ ਕੰਜ਼ਿਊਮ ਔਰ ਮੈਨੂੰ ਲੱਗਦਾ ਹਜੇ ਨਹੀਂ ਹੋਇਆ ਹਜੇ ਨਹੀਂ ਹੋਇਆ ਮੈਨੂੰ ਇਹ ਲੱਗਦਾ ਹੈ ਕਿ ਪਹਿਲਾਂ ਨਾਲੋਂ ਫਰਕ ਪੈ ਰਿਹਾ ਹੈ ਉਹਦਾ ਰੀਜਨ ਇਹ ਹੈ ਕਿਉਂ ਨਹੀਂ ਹੋਇਆ ਮਤਲਬ ਇੱਕ ਇੱਕ ਲੈਵਲ ਦਾ ਤੁਸੀਂ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਇਹ ਅੰਦੋਲਨ ਹੈ ਇੱਕ ਲੱਖ ਕਿਸਾਨ ਦਾ ਅੰਦੋਲਨ ਨਹੀਂ ਰਿਹਾ ਇੱਕ ਹੱਦ ਤੱਕ ਕੁਝ ਦਲਤ ਵੀ ਆ ਰਿਹਾ ਅਜੇ ਉਹਨਾਂ ਨਹੀਂ ਆ ਰਿਹਾ ਜਿੰਨਾ ਆਉਣਾ ਚਾਹੀਦਾ ਮਤਲਬ ਜਿੰਨੇ ਸਾਰੇ ਲੋਕ ਹੁੰਦੇ ਇਹ ਕਾਹ ਤੱਕ ਵਪਾਰੀ ਵੀ ਆ ਰਿਹਾ ਵਪਾਰੀ ਚਾਹੇ ਖੇਤੀ ਨਾਲ ਸੰਬੰਧਤ ਤਿਆਰਤੀ ਹੈ ਸੈਲਰ ਮਾਲਕ ਹੈ ਉਹ ਹੈ ਜਿਹੜਾ ਸਾਰੇ ਇੱਕ ਲੈਵਲ ਤੇ ਆ ਰਹੇ ਨੇ ਉਸ ਲੈਵਲ ਤੇ ਹੌਲੀ ਹੌਲੀ ਜਿਹੜੀ ਇਹ ਜਾਗਰੂਕਤਾ ਇਹ ਜਾਗਰੂ ਹੁਣ ਜਦੋਂ ਇਹ ਸਵਾਲ ਪੈਦਾ ਹੁੰਦਾ ਉੱਥੇ ਅੰਦੋਲਨ 'ਚ ਖੜਾ ਇੱਕ ਕਿਸਾਨ ਇਹ ਕਹਿੰਦਾ ਕਿ ਆ ਮੱਕੀ ਹੈ ਇਹਦੀ ਥੈਲੀ ਤੇ ਮੇਰੇ ਖੇਤ ਦੇ ਵਿੱਚੋਂ ਤਾਂ 600 ਤੋਂ 900 ਰੁਪਏ ਕਿਵਾਂਟਲ ਵਿਕੀ ਹੈ ਚਾਹੇ ਰੇਟ 1850 ਦਾ ਬੀਤ ਸੀਗਾ ਆ ਜਿਹੜਾ ਮੈਨੂੰ ਮਿਲਦਾ ਤੇ 300 ਰੁਪਏ ਦਾ ਜਿਹੜਾ ਪੈਕਟ ਜਿਹੜਾ ਇੱਕ ਮੈਂ ਲੈ ਕੇ ਆਇਆ ਮਤਲਬ ਪਾਪ ਕੌਰਨ ਦਾ ਜਾਂ ਜਿਹੜਾ ਵੀ ਤੁਹਾਡੇ ਸਾਹਮਣੇ ਹੈ ਹੁਣ ਤੁਸੀਂ ਜਿਹੜਾ ਖਾਣ ਵਾਲੇ ਤੁਸੀਂ ਦੇਖ ਲਓ ਤੁਹਾਨੂੰ ਕਿੰਨੇ ਪੈਸੇ ਮਿਲੇ ਮੈਨੂੰ ਕਿੰਨੇ ਪੈਸੇ ਮਿਲੇ ਤੇ ਕੌਣ ਖਾ ਗਿਆ ਵਿਚਾਰੇ ਇਹ ਸਵਾਲ ਤਾਂ ਉੱਠ ਰਹੇ ਨੇ ਹੌਲੀ ਹੌਲੀ ਇਹ ਲੋਕਾਂ ਦੀ ਸੋਝੀ ਚ ਵੀ ਆਉਣਗੇ ਜਿਵੇਂ ਉਹ ਇਹ ਵੀ ਕਹਿ ਰਹੇ ਨੇ ਵੀ ਆਟਾ ਹੈ ਮੰਨ ਲੋ ਹਮੇਸ਼ਾ ਜੀ ਪਰ ਇਹ ਸਵਾਲ ਨੂੰ ਸਰਕਾਰ ਜੋ ਅਡਰੈਸ ਕਰਦੀ ਹੈ ਉਹ ਕਹਿੰਦੀ ਹੈ ਕਿ ਪੰਜਾਬ ਹਰਿਆਣਾ ਵਾਲੀ ਇਹ ਸਵਾਲ ਚੁੱਕਦੇ ਬਾਕੀ ਕਿਤੇ ਸਵਾਲ ਨਹੀਂ ਹੈਗਾ ਉਹ ਤਾਂ ਉਹ ਤਾਂ ਦੇਸ਼ ਦਾ ਮੁੱਦਾ ਹੀ ਨਹੀਂ ਮੰਨਦੇ ਇਹ ਰੌਲਾ ਇਹੀ ਹੈ ਕਿ ਦੇਸ਼ ਨੂੰ ਤੁਸੀਂ ਕਿਹਾ ਜਾ ਰੱਖਣਾ ਚਾਹੁੰਦੇ ਹੋ ਜਿਵੇਂ ਇੱਕ ਐਗਜ਼ਾਮਪਲ ਕੱਲ੍ਹ ਵਾਲੇ ਸੈਮੀਨਾਰ ਚ ਪਰਸਵਾਰ ਵਾਲੇ ਚ ਕਾਫੀ ਵਧੀਆ ਆਇਆ ਸਵਾਲ ਕਰੋ ਵੀ ਐਜੂਕੇਸ਼ਨ ਦਾ ਸਵਾਲ ਹੈ ਮੈਂ ਜਦੋਂ ਐਗਜ਼ਾਮਪਲ ਉਹ ਦੁਹਰਾ ਰਹੇ ਹਾਂ ਉਹ ਚ ਉਧਾਰੀ ਲੈ ਕੇ ਉਹ ਇਹ ਹੈ ਕਿ ਕੇਰਲਾ ਤੇ ਤਾਮਿਲਨਾਡੂ ਚ ਅੱਜ ਵੀ ਸਰਕਾਰੀ ਐਜੂਕੇਸ਼ਨ ਬਹੁਤ ਬੈਸਟ ਹੈ ਦੋ ਸੂਬਿਆਂ ਦੇ ਵਿੱਚ ਬਾਕੀ ਚ ਪੱਠਾ ਬੈਠਾ ਹੋਇਆ ਆਪਾਂ ਦੇਖ ਰਹੇ ਹਾਂ ਕਿਉਂਕਿ ਪ੍ਰਾਈਵੇਟ ਦੂਜੇ ਆਗੇ ਗਰੀਬਾਂ ਦੇ ਬੱਚੇ ਰਹਿ ਗਏ ਦਲਤਾਂ ਦੇ ਬਾਕੀ ਨਹੀਂ ਹੁਣ ਇੱਕ ਤਰੀਕਾ ਇਹ ਹੈ ਕਿ ਉਹ ਦੋਚ ਵੀ ਕਿਉਂ ਬੈਸਟ ਹੈ ਆਪਾਂ ਉੱਥੇ ਵੀ ਜਾ ਕੇ ਪ੍ਰਾਈਵੇਟਾਈਜੇਸ਼ਨ ਕਰੋ ਬੈਟਰੀ ਦੇ ਤੇ ਉਹਨਾਂ ਨੂੰ ਵੀ ਬੰਦ ਕਰ ਦੋ ਮੈਨੂੰ ਯਾਦ ਆ ਵਰਗੂਮੈਂਟ ਆਇਆ ਸੀ ਇੱਕ ਤਰੀਕਾ ਇਹ ਹੈ ਕਿ ਆਪਾਂ ਬਾਕੀ ਦੀ ਵੀ ਵਧੀਆ ਕਿਉਂ ਨਹੀਂ ਬਣਾ ਸਕਦੇ ਸਰਕਾਰੀ ਜਿਹੜੀ ਸਬਦੀ ਬਰਾਬਰੀ ਦੀ ਗੱਲ ਹੋਵੇ ਇਹ ਦੋਨਾਂ 'ਚ ਹੀ ਫਰਕ ਹੈ ਇੱਕ ਤਰੀਕਾ ਇਹ ਹੈ ਵੀ ਪੰਜਾਬ ਤੇ ਹਰਿਆਣੇ ਦੇ ਕਿਸਾਨ ਨੂੰ ਹਾਲਾਂਕਿ ਉਹ ਟਰਮਨਾਲੋਜੀ ਵੀ ਗਲਤ ਹੈ ਜਿਹੜਾ ਕਹਿੰਦਾ ਕਿ ਸ਼ੰਤ ਕੁਮਾਰ ਕਮੇਟੀ ਨੂੰ ਚੱਕ ਲਿਆ ਅਸ਼ੋਕ ਘੁਲਾਟੀ ਵਰਗੇ ਅਰਥਸ਼ਾਸਤਰੀ ਲਿਖ ਰਹੇ ਨੇ ਵੀ ਕੇਵਲ 6% ਨੂੰ ਐਮਐਸਬੀ ਦਾ ਫਾਇਦਾ ਮਿਲਦਾ ਹੈ ਰੌਂਗ ਡਾਟਾ ਤੇ ਰੌਂਗ ਪਰਸੈਪਸ਼ਨ ਆ ਉਹ 2012 13 ਦਾ ਡਾਟਾ ਹੈ ਉਸ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਨੇ ਡਾਟਾ ਦੇਣਾ ਹੀ ਬੰਦ ਕਰਤਾ ਜਿਹੜੀਆਂ ਸਰਕਾਰਾਂ ਡਾਟਾ ਦੇਣਾ ਬੰਦ ਕਰ ਦੇਣ 7 ਸਾਲ ਤੋਂ ਤੁਹਾਡੇ ਕੋਲ ਨਵਾਂ ਡਾਟਾ ਨਹੀਂ ਹੈ ਤਾਂ ਤੁਸੀਂ ਕੀ ਕਰੋਗੇ ਜੇ ਐਫਸੀਆਈ ਦਾ ਡਾਟਾ ਲੈਂਦੇ ਹੋ ਤਾਂ ਸਾਡੇ ਕੋਲ ਇਸ ਕੀ 오ਡੀਸਾ ਤੇ ਛਤੀਸਗੜ ਵੱਡੇ ਪੱਧਰ ਤੇ ਝੋਨਾ ਵੇਚਣ ਵਾਲੀਆਂ ਸਟੇਟਾਂ ਦੇ ਤੌਰ ਤੇ ਉੱਭਰ ਰਹੀਆਂ ਨੇ ਮੱਧ ਪ੍ਰਦੇਸ਼ ਤੋਂ ਪੰਜਾਬ ਨਾਲੋਂ ਜ਼ਿਆਦਾ ਕਣਕ ਖਰੀਦੀ ਗਈ ਹੈ 23 ਸੂਬਿਆਂ ਦੇ ਵਿੱਚ ਜਦੋਂ ਦੇ 1997-98 ਤੋਂ ਡੀਸੈਂਟਰਲਾਈਜੇਸ਼ਨ ਪ੍ਰੋਕਿਊਰਮੈਂਟ ਦਾ ਸਿਸਟਮ ਚੱਲੇ ਆ ਪਹਿਲਾਂ ਪਹਿਲਾਂ 15 ਸਾਲ ਨਹੀਂ ਕਿਸੇ ਨੇ ਗੌਰ ਕੀਤੀ ਅੱਜ 23 ਸਟੇਟਾਂ ਦੇ ਵਿੱਚੋਂ ਪਰਚੇਜ਼ ਹੋ ਰਹੀ ਹੈ ਉਹ ਲਗਭਗ 15 ਤੋਂ 25% ਕਿਸਾਨਾਂ ਤੇ ਚਲੀ ਗਈ ਹੈ ਔਰ ਜਿਹੜੇ ਨੂੰ ਤਾਂ ਐਮਐਸਪੀ ਮਿਲੀ ਐਮਐਸਪੀ ਤੇ ਖਰੀਦ ਦੀ ਗਾਰੰਟੀ ਮਿਲੀ ਉਹ ਕਿਸਾਨ ਅੱਜ ਵੀ ਸਾਇਕ ਰਿਹਾ ਉਹ ਦਿਖਾਈ ਦੇ ਰਿਹਾ ਉੱਥੇ ਬਾਰਡਰ ਤੇ ਵੀ ਜਿਹੜਾ ਕਹਿੰਦਾ ਨੇ ਅਮੀਰ ਕਿਸਾਨ ਜਾਂ ਪੁਰਾਣਾ ਜਿੰਨਾਂ ਕੋ ਹੈ ਉਹ ਵੀ ਐਮਐਸਪੀ ਕਰਕੇ ਹੈ ਜਿਹੜਾ ਉਦੋਂ ਬਾਅਦ ਫਟੇ ਕੱਪੜਿਆਂ 'ਚ ਦਿਖਾਈ ਦੇ ਰਹੇ ਉਹਨੂੰ ਐਮਐਸਪੀ ਨਹੀਂ ਮਿਲੀ ਤੋਂ ਤੁਹਾਡੇ ਬਿਹਾਰ 'ਚ ਨਹੀਂ ਦਿੱਤੀ ਤੇ ਬਾਕੀ ਜਗ੍ਹਾ ਨੇ ਮਿਲੀ ਹਮੀਰ ਸਿੰਘ ਜੀ ਸਵਾਲ ਹੀ ਹੈ ਉਹ ਕਿਸਾਨ ਨੂੰ ਫਟੇ ਕੱਪੜਿਆਂ 'ਚ ਦੇਖਣਾ ਚਾਹੁੰਦੇ ਆ ਇਹੀ ਤਾਂ ਕੁਐਸਚਨ ਹੈ ਤੇ ਉਹ ਬਿਹਾਰ ਵਾਲਾ ਆ ਕੇ ਜਿੱਥੇ ਤੁਸੀਂ 2006 ਤੋਂ APMC ਐਕਟ ਤੋੜਤਾ ਉਹ 5-5 7-7 10-10 ਸੇਕੜਾਂ ਵਾਲਾ ਬੰਦਾ ਪੰਜਾਬ 'ਚ ਆ ਕੇ ਮਜ਼ਦੂਰੀ ਕਰਨ ਦਾ ਤੁਸੀਂ ਪੰਜਾਬ ਵਾਲੇ ਨੂੰ ਵੀ ਬਿਹਾਰ ਵਾਂਗ ਮਜ਼ਦੂਰੀ ਕਰਨ ਲਾਉਣਾ ਜਾਂ ਬਿਹਾਰ ਵਾਲੇ ਨੂੰ ਪੰਜਾਬ ਵਰਗਾ ਤਾਂ ਘਟੋ ਘਟੋ ਸਰ ਉਹ ਆਰਗੂਮੈਂਟ ਦਿੰਦੇ ਆ ਬਿਹਾਰ ਦੇ ਵਿੱਚ APMC 2006 ਵਿੱਚ ਉੱਥੇ ਸਮਾਪਤ ਕੀਤੀ ਗਈ ਹੈ ਮੰਡੀ ਸਿਸਟਮ ਉਹ ਇਹ ਆਰਗੂਮੈਂਟ ਦਿੰਦੇ ਆ ਕਿ ਅਸੀਂ ਉਸ ਦੇ ਬਾਵਜੂਦ ਬਿਹਾਰ ਦੇ ਵਿੱਚ ਚੋਣਾ ਜਿੱਤ ਰਹੇ ਹਾਂ ਹਾਂ ਚੋਣਾ ਤਾਂ ਤੁਸੀਂ ਕੱਸਤੇ ਵੀ ਜਿੱਤੇ ਤੁਰ ਚੋਣਾ ਤਾਂ ਤੁਸੀਂ ਹਜੂਮੀ ਹਿੰਸਾ ਹੈ ਕਿਸੇ ਦੂਬਾਦ ਦਾ ਪੜ ਘਾਤਾ ਤੇ ਚੋਣਾ ਜਿੱਤ ਜਾਂਦੇ ਹੋ ਚੋੜ ਜਿੱਤਣਾ ਹੀ ਮਾਨ ਹੈ ਸਾਡੇ ਤੰਤਰ ਚ ਅਸਲ ਚ ਨਕਸ਼ੀ ਕੀ ਪੈ ਗਿਆ ਕਿ ਮੈਂ ਕ੍ਰਾਈਮ ਕੀਤਾ ਮੈਂ ਰੇਪ ਕੀਤਾ ਤੇ ਮੈਂ ਕਤਲ ਕੀਤਾ ਜੇ ਮੈਂ ਚੋਣਾ ਜਿੱਤ ਗਿਆ ਮੈਨੂੰ ਉਹ ਵੀ ਮਾਫ ਹੈ ਇਹ ਕਿਹੜਾ ਤਰੀਕਾ ਹੋਇਆ ਜੀ ਉਹ ਇੱਕ ਅਲੱਗ ਕ੍ਰਾਈਮ ਹੈ ਅਲੱਗ ਟਾਈਪ ਦੇ ਸਿਸਟਮ ਹੈ ਚੋਣਾ ਜਿੱਤਣਾ ਇੱਕ ਦੂਜੀ ਤਰ੍ਹਾਂ ਦਾ ਤਰੀਕਾ ਹੈ ਚੋਣਾ ਚ ਜਿਹੜਾ ਤੁਹਾਨੂੰ 16-16 ਹਜ਼ਾਰ ਕਰੋੜ ਰੁਪਈਆ ਖਰਚ ਕਰਨ ਲਈ ਦਿੰਦਾ ਚੋਣਾਂ ਦਾ ਢਾਂਚਾ ਬਦਲ ਗਿਆ ਇੱਕ ਜਮਾਨੇ ਤੱਕ ਜਦੋਂ ਸਾਡੇ ਲੀਡਰਾਂ ਨੂੰ ਲੋਕ ਪੈਸੇ ਦਿੰਦੇ ਸੀ ਢਾਲ ਕੇ ਕਿ ਤੂੰ ਸਾਡਾ ਲੀਡਰ ਹੈ ਉਹ ਤਾਣਾ ਬਾਣਾ ਬਦਲ ਗਿਆ ਗਰੀਬ ਆਦਮੀ ਨੂੰ ਤਾਂ ਸਮਝ ਹੀ ਨਹੀਂ ਆਉਂਦਾ 14 ਦਿਨ ਚ ਕੀ ਵਾਪਰ ਜਾਂਦਾ ਹੈ ਵਿਚਾਰੇ ਨਾਲ ਤੇ ਕਿੱਥੋਂ ਨਸ਼ਾ ਜਾਣਾ ਹੈ ਕਿੱਥੋਂ ਪੈਸਾ ਜਾਣਾ ਹੈ ਕਿੱਥੋਂ ਮੀਡੀਆ ਜਾ ਕੇ ਟ੍ਰਾਇਲ ਹੋ ਜਾਣਾ ਤੇ ਉਹਨੂੰ ਤਾਂ ਸਮਝ ਹੀ ਨਹੀਂ ਆ ਰਹੀ ਉਸ ਪੱਧਰ ਦੇ ਉੱਤੇ ਔਰ ਜੇ ਤੁਸੀਂ ਉਸ ਲੈਵਲ ਦਾ ਕਰਨਾ ਹੈ ਤਾਂ ਚੋਣਾਂ ਦਾ ਪੈਟਰਨ ਬਦਲ ਦਿਓ ਜਿਵੇਂ ਬਾਕੀ ਜਗਾ ਬਦਲਦੇ ਤੁਸੀਂ ਆਪ ਉਪਰੋਂ ਕੈਂਡੀਡੇਟ ਨਾ ਉਤਾਰੋ ਤੁਸੀਂ ਪਾਰਟੀਆਂ ਦੇ ਅੰਦਰ ھیਠੋ ਚੁਣੇ ਹੋਏ ਨਮਾਇंदे ਕਹੇ ਤੁਹਾਡੇ ਕੈਂਡੀਡੇਟ ਬੰਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਸੀਂ ਚੋਣਾਂ ਚ ਸਰਕਾਰੀ ਖਰਚ ਬੰਦ ਕਰਕੇ ਦੇਖੋ ਪ੍ਰਾਈਵੇਟ ਖਰਚ ਬੰਦ ਕਰਕੇ ਦੇਖੋ ਟੋਟਲੀ ਕਿ ਕੋਈ ਖਰਚ ਨਹੀਂ ਕਰ ਸਕਦਾ ਸਿੰਪਲ ਤਰੀਕੇ ਦੇ ਲੋਕਾਂ ਨੂੰ ਜਾਣਦੇ ਹੋ ਤਾਂ ਪਤਾ ਲੱਗ ਜੂਗਾ ਫਿਰ ਹਮੀਰ ਸਿੰਘ ਜੀ ਵੈਸੇ ਇਹ ਸਵਾਲ ਵੀ ਮੈਨੂੰ ਮੇਰਾ ਜਿਹੜਾ ਤੁਹਾਨੂੰ ਪਸੰਦ ਨਹੀਂ ਆਊਗਾ ਹਮੀਰ ਸਿੰਘ ਜੀ ਜਿਵੇਂ ਤੁਹਾਡੇ ਵਰਗੇ ਲੋਕ ਸਵਾਲ ਖੜਾ ਕਰਦੇ ਆ ਉਹ ਕਹਿੰਦੇ ਆ ਕਿ ਦੇਸ਼ ਦੇ ਰਾਸ਼ਟਰਵਾਦ ਲਈ ਇਹ ਲੋਕ ਖਤਰਾ ਇੱਕ ਸਵਾਲ ਹੋਰ ਨਾਲ ਖੜਾ ਕਰਦੇ ਆ ਕਿ ਦੇਸ਼ ਨੂੰ ਅਸੀਂ ਇਹੋ ਜਿਹਾ ਬਣਾਉਣਾ ਜਿਹੜਾ ਪਾਇਨ ਟ੍ਰੀਨ ਵਾਲਾ ਮੁਲਕ ਹੋਵੇਗਾ ਜਿਹੜਾ ਉਹਨਾਂ ਨੇ ਸੁਪਨਾ ਸੁਝਾਇਆ ਉਸ ਸੁਪਨੇ ਦੇ ਵੀ ਖਿਲਾਫ ਹੈ ਤੁਹਾਡੇ ਅਰਗੇ ਲੋਕ ਇਹ ਸਵਾਲ ਖੜਾ ਕੀਤਾ ਜਾਂਦਾ ਹੈ ਹਾਂ ਸਭ ਤੋਂ بڑا ਸਵਾਲ ਇਹ ਹੈ ਦੁਨੀਆ ਦਾ ਇੱਕ ਸਭ ਤੋਂ بڑا ਅਰਥਸ਼ਾਸਤਰੀ ਜੀ ਦੀ ਕਿਤਾਬ ਸਭ ਤੋਂ ਜ਼ਿਆਦਾ ਵਿਕ ਰਹੀ ਹੈ ਦੁਨੀਆ ਵਿੱਚ ਪਿਛਲੇ 10 ਸਾਲਾਂ ਤੋਂ ਥਾਮਸ ਪਕੇਟੀ ਜਿਹੜਾ ਅਮਰੀਕਾ 'ਚ ਪੜਾਉਂਦਾ ਸੀ ਮੁੜਕੇ ਫਰਾਂਸ 'ਚ ਚਲਾ ਗਿਆ ਵੀ ਅਮਰੀਕਾ ਮੈਨੂੰ ਮਾਰ ਉਹਨੇ ਫਰਾਂਚੀਚ ਕਿਤਾਬ ਲਿਖੀ ਹੈ ਸਾਰੇ ਪੜ ਰਹੇ ਨੇ ਉਹਦੇ 'ਚ ਉਹ ਕਹਿੰਦਾ ਕਿ ਅੱਜ ਦੇ ਮੌਕਾ ਅੱਜ ਦਾ ਜਿਹੜਾ ਦੌਰ ਹੈ ਇਹ ਦੌਲਤ ਕਿੰਨੀ ਪੈਦਾ ਹੁੰਦੀ ਹੈ ਇਹਦਾ ਦੌਰ ਨਹੀਂ ਹੈ ਡਿਸਟ੍ਰੀਬਿਊਸ਼ਨ ਆਫ ਵੈਲਥ ਦਾ ਸਵਾਲ ਹੈ ਦੌਲਤ ਤਾਂ ਬਥੇਰੀ ਪੈਦਾ ਹੋ ਰਹੀ ਹੈ ਪਰ ਉਹ ਜਾਂਦੀ ਕਿਹਦੇ ਕੋਲ ਹੈ ਉਹ ਕਿਹਦੇ ਹੱਥਾਂ 'ਚ ਕਿੰਨੀ ਚਲੀ ਜਾਂਦੀ ਹੈ ਇਹ ਸਭ ਤੋਂ بڑا ਕੁਐਸਚਨ ਹੈ ਸਭ ਤੋਂ بڑا ਕੁਐਸਚਨ ਇਹ ਹੈ ਕਿ ਕੀ 2 ਸਾਲਾਂ ਦੇ ਵਿੱਚ ਕਿਸੇ ਦੀ 16 ਲੱਖ ਕਰੋੜ ਦੀ ਦੌਲਤ ਵੱਧ ਸਕਦੀ ਹੈ ਤੇ ਦੂਜੇ ਪਾਸੇ ਜਿਹਦੇ ਕੋਲ ਅੱਜ ਇੱਕ ਸਬਜੀ ਨਾਲ ਖਾ ਰਿਹਾ ਤੇ ਉਹ ਉਚਾਰ ਤੇ ਆ ਸਕਦਾ ਉਹ ਕਿੱਧਰ ਜਾਏਗਾ ਮਤਲਬ ਸਵਾਲ ਸਾਡੇ ਇਹ ਹੈ ਸਾਡੇ ਦੇਸ਼ ਦੇ ਵਿੱਚ ਜਿੱਥੇ ਅਨਾਜ ਕਹਿੰਦੇ ਆ ਭੰਡਾਰ ਭਰੇ ਪਏ ਨੇ ਗੜਕਰੀ ਸਾਹਿਬ ਕਹਿੰਦੇ ਨੇ ਕਿ 3 ਸਾਲ ਦੇ ਅਨਾਜ ਭਰੇ ਪਏ ਨੇ ਸਾਡੇ ਲਈ ਸੰਕਟ ਐ ਐਮਐਸਪੀ ਵਾਲਾ ਬਿਆਨ ਉਹਨਾਂ ਨੇ ਦਿੱਤਾ ਸੀ ਉਹਨਾਂ ਨੇ ਹੀ ਦਿੱਤਾ ਸੀ ਤੇ ਉਸ ਦੇਸ਼ ਦੇ 40% ਬੱਚੇ ਸਟੰਟਡ ਗ੍ਰੋਥ ਥਾਲੇ ਕਿਉਂ ਨੇ ਟੋਟਲ ਗ੍ਰੋਥ ਕਿਉਂ ਨਹੀਂ ਹੋ ਰਹੀ ਅਨੀਮੀਆ ਦੇ ਸ਼ਿਕਾਰ ਕਿਉਂ ਨੇ ਤੁਸੀਂ ਗੈਰ ਰਾਬੀ ਗੈਰ ਬਰਾਬਰੀ ਵਾਲਾ ਸਵਾਲ ਖੜਾ ਕਰ ਰਹੇ ਤੁਸੀਂ ਇਹ ਸਭ ਤੋਂ بڑا ਕੁਐਸਚਨ ਹੈ ਦੁਨੀਆ ਦੇ ਦੋ ਵੱਡੇ ਕੁਐਸਚਨ ਨੇ ਜਿਹੜੇ ਖੜੇ ਇੱਥੇ ਤਾਂ ਗੁਨਾਹਕ ਦੀ ਫਿਲਾਸਫੀ ਕੰਮ ਹੋਣੀ ਚਾਹੀਦੀ ਗੁਨਾਹ ਦਾ ਫਲਸਫਾ ਇੱਥੇ ਕੰਮ ਹੋਣਾ ਚਾਹੀਦਾ ਇੱਥੇ ਬ ਜਿਹੜਾ ਸਾਂਝੇ ਵਾਲਤਾ ਦਾ ਸਬੰਧ ਦਾ ਜਿਹੜੇ ਟੋਟਲ ਨੇ ਸਭ ਦੀ ਕੇਅਰ ਕਰਨ ਦਾ ਗੁਰੂ ਰਾਨਕ ਦਾ ਫਲਸਫਾ ਉਹੀ ਕੰਮ ਆਏਗਾ ਜਿਹੜਾ ਮਲਕ ਭਾਗੋ ਦੇ ਖਿਲਾਫ ਤੇ ਭਾਈ ਲਾਲੋ ਦੇ ਫੇਵਰ ਚ ਖੜਨ ਆਣਾ ਔਰ ਉਹ ਗੁਰਬਾਣੀ ਵੀ ਇਹ ਕਹਿੰਦੇ ਪਾਪੋਂ ਬਾਜ ਹੋਵੇ ਨਹੀਂ ਮੋਇਆ ਸਾਥ ਨਾ ਜਾਏ ਤੇ ਇਹੀ ਖੱਬੇ ਪੱਖੀ ਕਹਿੰਦੇ ਨੇ ਜਿਹੜਾ ਮਾਰਕਸ ਜਿਮਾ ਉਹ ਕਹਿੰਦਾ ਮਜ਼ਦੂਰਦਾਰ ਨੂੰ ਛੋੜਿਆ ਹੋਇਆ ਬਾਦੂ ਬੋਲ ਜਿਹੜਾ ਜਿਹੜਾ ਉਹ ਹੈ ਤੇ ਇਸੇ ਲਈ ਤਾਂ ਬਾਬਾ ਮਲਕ ਭਾਗੋ ਦੇ 35 ਭਗਵਾਨਾਂ ਚ ਇਹ ਕਹਿੰਦਾ ਨਾ ਕਿ ਖੂਬਾਦੀ ਖੋਇਆ ਨਚੋੜਾ ਖੂਨ ਹੈ ਤੇ ਮੈਨੂੰ ਕੋਧਰੇ ਦੀ ਰੋਟੀ ਚੰਗੀ ਆ ਮੈਂ ਉਹਦੇ ਨਾਲ ਖਾਣਾ ਇਸੇ ਚ ਉਹ ਕਹਿੰਦਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਆ ਤਨੀਚ ਨਾਨਕ ਤਨਕੇ ਸੰਗਸਾਤ ਵੱਡਿਆਂ ਸੰਗਕੇ ਰੀਸ ਤਾਂ ਉਹ ਉਧਰ ਖੜਦਾ ਹੈ ਇਹੀ ਕੁਐਸਚਨ ਹੁਣ ਰੇਜ ਕਰ ਰਿਹਾ ਹੈ ਇਸ ਸਟਰਗਲ ਅਸਲ ਚ ਕਾਰਪੋਰੇਟ ਨੂੰ ਸਭ ਤੋਂ ਖਤਰਾ ਬਾਬੇ ਨਾਨਕ ਤੋਂ ਹੀ ਦਿਖਾਈ ਦੇ ਰਿਹਾ ਤੇ ਉਹਦੇ ਪੈਰੋਕਾਰਾਂ ਤੋਂ ਜੇਕਰ ਉਹ ਹੁੰਦੇ ਸਾਡੇ ਵਾਲੇ ਅਸਲ ਚ ਪੈਰੋਕਾਰ ਵੀ ਨਾਲ ਹੀ ਰਲ ਕੇ ਬੜੇ ਲੰਬੇ ਸਮੇਂ ਤੋਂ ਜਿਹਦੇ ਕਰਕੇ ਸਮੱਸਿਆ ਖੜੀ ਹੋਈ ਹੈ ਉਹਦੇ ਨਾਲ ਖੜਨ ਦੀ بجائے ਉਧਰ ਝੋਟੀ ਪਾ ਕੇ ਬਹਿ ਗਏ ਚਲੋ ਇੱਕ ਮੈਂ ਹੋਰ ਥੋੜਾ ਬ੍ਰੇਕ ਲੈਣਾ ਹਮਿੰਦਰ ਸਿੰਘ ਜੀ ਬ੍ਰੇਕ ਤੋਂ ਬਾਅਦ ਕੁਝ ਹੋਰ ਸਵਾਲ ਕਰਾਂਗੇ ਹਮਿੰਦਰ ਸਿੰਘ ਹਰਣੂ ਬਹੁਤ ਸੋਖੇ ਸ਼ਬਦਾਂ ਵਿੱਚ ਹਮਿੰਦਰ ਸਿੰਘ ਹਰੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਤੁਹ ਸਵਾਲ ਇੱਕ ਬੜਾ ਮਹੱਤਵਪੂਰਨ ਹੈ ਇਹ ਅੰਦੋਲਨ ਜਿਹੜਾ ਸਿਰਫ ਖੇਤੀਕਰੋਣਾ ਤੱਕ ਸੀਮਤ ਹੈ ਜਾਂ ਅੰਦੋਲਨ ਕੋਈ ਹੋਰ ਰੋਸ਼ਨੀ ਤਾਂ ਨਹੀਂ ਦਿਖਾ ਰਿਹਾ ਵਾਪਸ ਆ ਕੇ ਸਵਾਲ ਹੋਵੇਗਾ ਜੀ ਸੁਪਰੀਮ ਕੋਰਟ ਨੇ ਖੇਤੀਕਰ ਨੂੰ ਰੋਕੇ ਅੰਦੋਲਨ ਕਿਉਂ ਰੁਕਿਆ ਇਸੇ ਮੁੱਦੇ ਤੇ ਹੀ ਚਰਚਾ ਕਰ ਰਹੇ ਹਾਂ ਹਮੇਸ਼ ਸਿੰਘ ਹਰੀਸਾਟਾ ਮੌਜੂਦ ਹੈ ਕਿ ਇਹ ਬਹੁਤ ਲੰਬਾ ਤੇਰਬਾ ਹਮੇਸ਼ ਸਿੰਘ ਹਾਂ ਦਾ ਹਮੇਸ਼ ਸਿੰਘ ਜੀ ਸਰ ਇਸ ਅੰਦੋਲਨ ਦੇ ਵਿਚਾਰੋਂ ਤੁਹਾਨੂੰ ਇਹ ਲੱਗਦਾ ਪਏ ਸਿਰਫ ਖੇਤੀਕਰੋਣਾ ਤਕਸੀਮਤ ਹੈ ਅੰਦੋਲਨ ਜਾਂ ਅਸੀਂ ਇਸ ਨੂੰ ਹੋਰ ਨਾਜ਼ਰੀਆਂ ਨਾਲ ਦੇਖੀਏ ਕਿ ਇਹ ਅੰਦੋਲਨ ਜਿਹੜਾ ਸੰਗੀਤ ਢਾਂਚੇ ਵਾਲਾ ਮਾਮਲਾ ਹੈ ਜਾਂ ਇੱਕ ਜੁੜਤਾ ਤੇ ਜਿਹੜਾ ਸਵਾਲ ਖੜਾ ਹੁੰਦਾ ਸੀ ਕਿ ਦੇਸ਼ ਵਿੱਚ ਕੋਈ ਵਾਪਰ ਦਾ ਕੋਈ ਬੋਲਦਾਨ ਨਹੀਂਗਾ ਜਾਂ ਉਹਦੀ ਨੁਮਾਇੰਦਗੀ ਕਰਦਾ ਪਿਆ ਮੈਂ ਇਹਨੂੰ ਐ ਕਰ ਦੇਖ ਰਿਹਾ ਹਾਂ ਸਾਰੇ ਅੰਦੋਲਨ ਨੂੰ ਮੈਨੂੰ ਇਹ ਲੱਗਦਾ ਹੈ ਨਾ ਉਹ ਕਾਨੂੰਨ ਬਹੁਤ ਛੋਟੀ ਚੀਜ਼ ਰਹਿ ਗਈ ਹੈ ਤਿੰਨ ਕਾਨੂੰਨ ਤਾਂ ਇੱਕ ਟੈਕਨੀਕਲ ਇਸ਼ੂ ਹੈ ਹੁਣ ਵੀ ਜੀ ਨੂੰ ਵਾਪਸ ਹੋਣਾ ਕਿਉਂਕਿ ਤਾਂ ਇਮੀਡੀਏਟ ਗੱਲ ਹੈ ਨਾ ਜਿਹਦੇ ਕਰਕੇ ਅੰਦੋਲਨ ਵਾਪਸ ਹੋ ਜਾਣਗੇ ਔਰ ਵਾਪਸ ਹੋਣਾ ਹੀ ਨਹੀਂ ਹੈ ਮਤਲਬ ਕੋਈ ਜਿਹੜਾ ਐਡਾ ਵੱਡਾ ਅੰਦੋਲਨ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਚੱਲੇਗਾ ਬੜਾ ਵੱਡਾ ਲੋਕਾਂ ਦੇ ਸਾਹਮਣੇ ਕੋਈ ਨਹੀਂ ਮਤਲਬ ਖੜਦਾ ਹੀ ਵੱਡੇ ਤੋਂ ਵੱਡੀਆਂ ਸਰਕਾਰਾਂ ਬਹੁਤ بڑے ਕਦੇ ਬਾਬਰ ਆ ਗਿਆ ਕਦੇ ਔਰੰਗਜ਼ੇਬ ਆ ਗਿਆ ਕਦੇ ਬ੍ਰਿਟਾਨੀਆਂ ਦਾ ਸੋਰਚ ਨਹੀਂ ਸੀ ਛਿਪਦਾ ਇੱਥੇ ਸਾਰੀ ਧਰਤੀ ਦੇ ਉੱਤੇ ਈਵਨ ਬ੍ਰਿਟਸਰ ਜਿਵੇਂ ਇਹੋ ਜਿਹੀ ਜਿਹੜਾ ਕਾਨੂੰਨ ਬਣਿਆ ਸੀ 1907 ਚ ਜਦੋਂ ਪਗੜੀ ਸਵਾਲ ਜੱਟਾ ਲਹਿਰ ਜਿਹੜੀ ਚਲਾਈ ਅਜੀਤ ਸਿੰਘ ਹੋਣਾ ਨੇ ਉਦੋਂ ਵੀ ਬੈਡਰਾ ਕਰਨਾ ਪਿਆ ਵੱਡੀਆਂ ਚੀਜ਼ਾਂ ਬੈਡਰਾ ਕਰਨੀਆਂ ਪੈਂਦੀਆਂ ਨੇ ਗਵਰਨਮੈਂਟਾਂ ਨੂੰ ਔਰ ਕਿੰਨਾ ਕੁ ਚ ਪਰ ਸਵਾਲ ਇਹ ਮੈਨੂੰ ਲੱਗਦਾ ਕਿ ਇਸ ਅੰਦੋਲਨ ਦਾ ਦਾਇਰਾ ਇਤੋਂ ਵੱਡਾ ਹੈ اخلاਕੀ ਤੌਰ ਤੇ ਅੰਦੋਲਨ ਜਿੱਤ ਚੁੱਕਿਆ ਹੈ ਇਹਨੇ ਜਿੰਨਾ ਕੁ ਪੰਜਾਬ ਨੂੰ ਤੇ ਆਲੇ ਦੁਆਲੇ ਨੂੰ ਦੇਣਾ ਹੈ ਨਾ ਇਹ ਬਹੁਤ ਕੰਟਰੀਬਿਊਸ਼ਨ ਹੈ ਜੇ ਇਹ ਉਦੋਂ ਅਗਲਾ ਸਵਾਲ ਹੈ ਕਿ ਉਹ ਕਿੰਨਾ ਜਿੱਤਦਾ ਕਿਦਾਂ ਸਭ ਤੋਂ ਪਹਿਲੀ ਸਵਾਲ ਤਾਂ ਇਸ ਅੰਦੋਲਨ ਨੇ ਨਾ ਨਫਰਤ ਖਤਮ ਕਰਦੀ ਹੈ ਹਾਂ ਨਫ਼ਰਤ ਇਸ ਰੂਪ ਚ ਨਹੀਂ ਖਤਮ ਕੀਤੀ ਵੀ ਕੱਲਾ ਇੱਥੇ ਭਾਈਚਾਰਿਆਂ ਦੇ ਵਿੱਚ ਹਰਿਆਣੇ ਨਾਲ ਨਫ਼ਰਤ ਖਤਮ ਹੈ ਉਹ ਗਲਬਕੜੀ ਪਾ ਰਹੇ ਨੇ ਜਿਨ੍ਹਾਂ ਨੂੰ ਇੱਕ ਛੋਟੀ ਜੀ ਗੱਲ ਤੇ ਲੜਾ ਕੇ ਤੁਸੀਂ ਇਹ ਕਹਿ ਰਹੇ ਸੀ ਲੋਕਾਂ ਦੇ ਨਾਲ ਉਹੀ ਨੌਜਵਾਨ ਜਿਹੜੇ ਨੇ ਉਹ ਬਦਲਿਆ ਹੋਇਆ ਨੌਜਵਾਨ ਆਉਂਦਾ ਲੋਕਾਂ ਦੀਆਂ ਧੀਆਂ ਭੈਣਾਂ ਕੁੜੀਆਂ ਉੱਥੇ ਸੁਰੱਖਿਅਤ ਮਹਿਸੂਸ ਕਰਦੀਆਂ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਜਿੱਥੇ ਉਹਨਾਂ ਨੂੰ ਕਦੇ ਡਰ ਹੁੰਦਾ ਸੀ ਕਿ ਮੁੰਡਿਆਂ ਦੇ ਕੋਲੇ ਦੀ ਮੈਂ ਲੰਘੂਗੀ ਕੱਲ ਨੂੰ ਮੇਰੀ ਇੱਜ਼ਤ ਨੂੰ ਹੱਥ ਪਾ ਸਕਦੇ ਨੇ ਔਰ ਉਹ ਸਾਰੇ ਦਾ ਸਾਰਾ ਇੱਕ ਜਿਹੜਾ ਬੰਦੇ ਦੇ ਵਿੱਚ ਬਦਲਾ ਆ ਰਿਹਾ ਉਹਦੇ ਕੈਰੇਕਟਰ ਚ ਉਹਦੇ ਚਰਿੱਤਰ ਦੇ ਵਿੱਚ ਜਿਹੜੀ ਸਰਬੱਤ ਦੇ ਭਲੇ ਦਾ ਕਨਸੈਪਟ ਜਿਹੜਾ ਉੱਥੇ ਉਸਾਰਿਆ ਜਾ ਰਿਹਾ ਹੈ ਉਹਨੇ ਇੱਕ ਤਾਂ ਪੂਰੇ ਪੰਜਾਬੀ ਤੇ ਬਾਕੀ ਬੰਦੇ ਦੀ ਦਿੱਖ ਬਦਲਤੀ ਹੈ ਦੁਨੀਆ ਦੇ ਵਿੱਚ ਇਹ ਬਹੁਤ ਵੱਡੀ ਪ੍ਰਾਪਤੀ ਹੈ ਸ਼ਾਇਦ ਸਦੀਆਂ ਲੱਗ ਜਾਂਦੀਆਂ ਹੁੰਦੀਆਂ ਨੇ ਕਈ ਵਾਰ ਸਾਲਾਂ ਜਦੋਂ ਤੁਹਾਡਾ ਇਮੇਜ ਵਿਗੜਦਾ ਉਹਨੂੰ ਸੁਧਾਰਨ ਦੇ ਵਿੱਚ ਜਾਂ ਬਾਕੀ ਚੀਜ਼ਾਂ 'ਚ ਇਹ ਅੰਦੋਲਨਾਂ ਦੀ ਵੱਡੀ ਪ੍ਰਾਪਤੀ ਹੈ ਦੂਜਾ ਸਵਾਲ ਇਹ ਹੈ ਕਿ ਸਰਕਾਰ ਨੂੰ ਗੱਲ ਕਰਨੀ ਪੈ ਰਹੀ ਹੈ ਸਰਕਾਰ ਇੰਨੀ ਆੜੀ ਐਲਸੀ ਐਦੋਂ ਪਹਿਨਾ ਸਟੇਟ ਤੋੜਤੀ ਜੇ ਐਡ ਕੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਅੱਜ ਤੱਕ ਸਵਾ ਸਾਲ ਹੋ ਗਿਆ ਤੇ ਲੋਕ ਜੇਣਾ ਚ ਬੰਦ ਨੇ ਕੋਈ ਗੱਲ ਨਹੀਂ ਫਿਰ ਸੀਏ ਆਇਆ ਉਹਦੇ ਖਿਲਾਫ ਸ਼ਹੀਨ ਬਾਗ ਦਾ ਅੰਦੋਲਨ ਬਹੁਤ ਖੂਬਸੂਰਤ ਅੰਦੋਲਨ ਸੀ ਦੁਨੀਆ ਚ ਪਹਿਲਾ ਵੱਡਾ ਅੰਦੋਲਨ ਬਿਨਾ ਕਿਸੇ ਲੀਡਰਸ਼ਿਪ ਦੀ ਨਿਮਾਇੰਦਗੀ ਤੋਂ ਔਰਤਾਂ ਦੀ ਅਗਵਾਈ ਚ ਚੱਲਿਆ ਪੀਸਫੁੱਲ 101 ਦਿਨ ਛੋਟਾ ਨਹੀਂ ਸੀ ਕੋਰੋਨਾ ਦੀ ਆੜ ਚੋਂ ਬੰਦ ਕਰ ਦਿੱਤਾ ਗਿਆ ਉਹ ਅਲੱਗ ਸਵਾਲ ਹੈ ਵੀ ਅਲੱਗ ਪਰ ਬਹੁਤ ਵੱਡਾ ਇੱਕ ਅੰਦੋਲਨ ਸੀ ਉਹਨੇ ਜਾਗਰੂਕਤਾ ਲਿਆਂਦੀ ਤੇ ਇਹ ਅੰਦੋਲਨ ਦਾ ਦਾਇਰਾ ਉਦੋਂ ਵੀ ਵਸੀਹ ਹੋ ਚੁੱਕਿਆ ਦੁਨੀਆ ਚ ਤੇ ਆਲੇ ਦੋਲੇ ਜਿੱਥੇ ਸੈਕਟਰੀ ਜਨਰਲ ਜੁਆਨ ਨੂੰ ਬੋਲਣਾ ਪੈ ਰਿਹਾ ਜਿੱਥੇ ਬਾਕੀ ਦੇਸ਼ਾਂ ਦੇ ਹੈਡਜ ਨੂੰ ਬੋਲਣਾ ਪੈ ਰਿਹਾ ਕਿ ਇਹ ਪੀਸਫੁਲ ਅੰਦੋਲਨ ਇਹਦੀ ਤਾਕਤ ਇਹ ਹੈ ਇਹ ਅੰਦੋਲਨ ਉਹ ਤਾਕਤ ਦੱਸਦਾ ਹੈ ਕਿ ਵਿਚਲਾ ਥੋੜਾ ਜਿਹਾ ਪੰਜਾਬ ਦਾ ਸਮਾ ਛੜ ਦੋ ਖੜਕੂ ਬਾਦ ਦਾ ਹਥਿਆਰ ਬੰਦ ਦਾ ਜਿਹੜੀ ਪੁਰਾਣੀ ਪੰਜਾਬ ਦਾ ਵਿਰਸਾ ਸੀ ਗੁਰੂ ਕੇ ਬਾਗ ਦਾ ਮੋਰਚਾ ਯਾਦ ਦਿਵਾਉਂਦਾ ਗੁਰੂ ਕੇ ਬਾਗ ਦਾ ਮੋਰਚਾ ਤੁਸੀਂ ਪੜੋ ਤੇ ਉਹ ਕੀ ਕਹਿੰਦੇ ਨੇ ਕਿ ਇਕ ਉਹਦੇ ਖਿਲਾਫ ਜਾ ਰਹੇ ਨੇ ਬੰਦੇ ਪੰਜ ਤੇ ਉਹਨਾਂ ਦੀਆਂ ਹੱਡੀਆਂ ਟੁੱਟ ਰਹੀਆਂ ਨੇ ਮੁੜ ਕੇ ਫੇਰ ਪੰਜ ਪਰ ਉਹਨਾਂ ਦੀ ਕਤਾਰ ਲੰਮੀ ਹੁੰਦੀ ਜਾਂਦੀ ਹੈ ਕੋਈ ਕਿਸੇ ਤੇ ਹੱਥ ਨਹੀਂ ਉਠਾਉਂਦਾ ਤੇ ਬੰਦੇ ਕੁੱਟੇ ਜਾ ਰਹੇ ਨੇ ਡਿਗ ਰਹੇ ਨੇ ਉਹਦੇ ਸਾਹਮਣੇ ਕਿਵੇਂ ਖੜੇਗਾ ਤੇ ਬਾਇਸ ਰਾਜ ਦਾ ਬਾਇਸ ਰਾਜ ਦਾ ਸੰਘਾਸਨ ਹਿੱਲ ਗਿਆ ਲੰਡਨ 'ਚ ਬੈਠੇ ਹੁੰਦਾ ਤੇ ਉਹਨਾਂ ਨੇ ਕਿਹਾ ਕਿ ਜਦੋਂ ਚਾਬੀਆਂ ਦਾ ਮੋਰਚਾ ਜਿੱਤਿਆ ਜਾਂਦਾ ਤਾਂ ਮਹਾਤਮਾ ਗਾਂਧੀ ਕਹਿੰਦੇ ਨੇ ਆਜ਼ਾਦੀ ਦੀ ਅੱਧੀ ਲੜਾਈ ਜਿੱਤੀ ਜਾ ਚੁੱਕੀ ਹੈ ਜਾਂ ਪਹਿਲੀ ਲੜਾਈ ਜਿੱਤੀ ਜਾ ਚੁੱਕੀ ਹੈ ਜਿਹੜਾ اخਲਾਕ ਤੇ ਸ਼ਾਂਤਮਈ ਤਰੀਕਾ ਤੇ ਡਿਟਰਮੀਨੇਸ਼ਨ ਹੈ ਤੇ ਇਹਨਾਂ ਨੌਜਵਾਨਾਂ ਦੇ ਵਿੱਚੋਂ ਮੇਰਾ ਖਿਆਲ ਹੈ ਗੁੱਸਾ ਤੇ ਨਫ਼ਰਤ ਚਲੀ ਗਈ ਹੈ ਜੇ ਗੁੱਸਾ ਹੁੰਦਾ ਤਾਂ ਪਾਣੀ ਦੀਆਂ ਬਿਛਾੜਾਂ ਵਾਲਿਆਂ ਨੂੰ ਲੰਗਰ ਨਹੀਂ ਸਿਖਾਉਂਦਾ ਉਹ ਚ ਡਿਟਰਮੀਨੇਸ਼ਨ ਆ ਗਈ ਹੈ ਤੇ ਜਿਹੜਾ ਡਿਟਰਮੀਨੇਸ਼ਨ ਦਾ ਪਹਿਲੂ ਹੁੰਦਾ ਹੈ ਇਹ ਬਹੁਤ ਵੱਡੀਆਂ ਤਾਕਤਾਂ ਨੂੰ ਹਲੂਲਣ ਦੀ ਤਾਕਤ ਰੱਖਦਾ ਮੇਰਾ ਖਿਆਲ ਹੈ ਇਹੀ ਪਰੇਸ਼ਾਨੀ ਦਾ ਸਬਬ ਹੈ ਸਾਰੇ ਕਿਤੇ ਨਾ ਉਹਦੇ ਨਾਲ ਖਾਨਸਤਾਨ ਚਿਪਕਦਾ ਨਾ ਉਹਦੇ ਨਾਲ ਮੌਬਾਦ ਚਿਪਕਦਾ ਨਾ ਉਹਦੇ ਨਾਲ ਚੀਨ ਤੇ ਬਾਕੀ ਚਿਪਕਦਾ ਤੇ ਉਹ ਅਡੋਲ ਖੜਾ ਵੀ ਚਲੋ ਸਰਕਾਰ ਉਹ ਕੀ ਕਹਿੰਦਾ ਉਹ ਸਰਕਾਰਾਂ ਨੇ ਆਪਣੇ ਕੰਮ ਕਰਨੇ ਹੀ ਹੁੰਦੇ ਨੇ ਆਪੀ ਕਰ ਲਈ ਇਹ ਜਿਹੜਾ ਮੁਹਾਵਰਾ ਹੈ ਜਿਹੜਾ ਬ੍ਰਿਤਾਂਤਿਕ ਟੋਟਲ ਗੋਦੀ মিডিਆ ਦਾ ਸਪੋਰਟ ਸੀ ਇੱਕ ਦੂਜੇ ਦੇ ਜਦਮਰਜੀ ਪਰੇ ਖੜੇ ਕਰ ਦਿੰਦੇ ਸੀ ਤੇ ਸਾਡੇ ਤਾਂ ਜਿਹੜਾ ਪੰਜਾਬੀ মিডিਆ ਸੀ ਜਿਹਨੇ ਉਹ ਕੀਤਾ ਖਾਸ ਤੌਰ ਤੇ ਜਿਹੜਾ ਸੋਸ਼ਲ ਮੀਡੀਆ YouTube ਚੈਨਲ ਜਿਹਨੇ ਇੱਕ ਮੁਕਾਬਲਾ ਤੁਸੀਂ ਹੁੰਦਾ ਦੇਖਿਆ ਨਾ ਇਹ ਅਸਾਮੀ ਜੰਗ ਹੈ ਮੈਨੂੰ ਤਾਂ ਲੱਗਦਾ ਇਹ ਚਮਕੌਰ ਦੀ ਗੜੀ ਤੇ ਦਿੱਲੀ ਵਰਗੀ ਜਿੱਦੇ ਕੋਲ ਐਡ ਐਡੀਆਂ ਇੰਸਟੀਚਿਊਸ਼ਨ ਜਿਨੇ ਆਈਡੈਂਟੀਟੀ ਤੁਹਾਡੇ ਕੋਲ ਇੱਕ ਰੀਚ ਹੈ ਉਹਨੂੰ ਮੁਕਾਬਲਾ ਦੇਣਾ ਇੱਕ ਛੋਟਾ ਮੀਡੀਆ ਘੱਟ ਪਾਵਰਫੁੱਲ ਮੀਡੀਆ ਨੇ ਘੱਟ ਪਾਵਰਫੁੱਲ ਲੋਕਾਂ ਨੇ ਇੱਕ ਸਧਾਰਨ ਤਰੀਕੇ ਨੇ ਇਹ ਕਿਸ਼ਮੇ ਵਰਗੀ ਚੀਜ਼ ਨਹੀਂ ਤਾਂ ਹੋਰ ਕੀ ਹੈ ਇਹ ਬਹੁਤ ਵੱਡਾ ਕੁਐਸਚਨ ਹੈ ਤੁਸੀਂ ਇਸ ਸਵਾਲ ਦੇ ਵਿੱਚ ਬੜੇ ਜਵਾਬ ਦਿੱਤੇ ਆ ਹਮੇਸ਼ ਸਿੰਘ ਜੀ ਇੱਕ ਸਵਾਲ ਹੋ ਰਿਹਾ ਹੈ ਜਿਹੜੇ ਲਖਾਰੀ ਹੈ ਗਾਉਣ ਵਾਲੇ ਆ ਬੁੱਧੀ ਜੀ ਵੀ ਵਰਗ ਉਹਨਾਂ ਦਾ ਨਜ਼ਰੀਆ ਵੀ ਬਦਲ ਗਿਆ ਗਾਣੇ ਉਸ ਤਰ੍ਹਾਂ ਦੇ ਆ ਰਹੇ ਆ ਲਿਖਿਆ ਨੂੰ ਅਸੀਂ ਕਹਿੰਦੇ ਸੀ ਕਿ ਦਲਜੀਤ ਜਸਾਂ ਜੀ ਲੱਖ 28 ਕੁੜੀ ਦਾ ਹੀ ਗਾਉਂਦਾ ਜੀ ਉਹ ਫਲਾਨਾ ਫਲਾਨਾ ਗਾਉਂਦਾ ਮਤਲਬ ਲਗਾ ਸਵਾ 100 ਤੋਂ ਜ਼ਿਆਦਾ ਗਾਣਾ ਨਵਾਂ ਲਿਖਿਆ ਜਾ ਚੁੱਕਾ ਜਿਹੜਾ ਲੋਕਾਂ ਦੇ ਟਰੈਕਟਰਾਂ ਤੇ ਵੱਜਦਾ ਉਹੀ ਮੁੰਡੇ ਉਹੀ ਗਾਣਾ ਪਸੰਦ ਕਰਦੇ ਨੇ ਤੇ ਉਹੀ ਸੁਣਨ ਲੱਗੇ ਟੋਟਲ ਲਖਾਰੀ ਬਦਲੇ ਸੁਰਜੀਤ ਪਾਤਰ ਹੁਣੇ ਪੁਰਾਣੇ ਬੰਦੇ ਜਿਹੜੇ ਛੱਡ ਗਏ ਸੀ ਉਹਨਾਂ ਲਿਖਣਾ ਮੁੜ ਕੇ ਹੁਣ ਵਾਰਤਕ ਵੀ ਲਿਖਣ ਲੱਗ ਗਏ ਤੇ ਨਾਲ ਕਵਤਾ ਵੀ ਲਿਖਣ ਲੱਗ ਗਏ ਕਿ ਗੱਲ ਕੇਵਲ ਕਿਸਾਨ ਦੀ ਨਹੀਂ ਹੈ ਸੁਰਜੀਤ ਪਾਤਰ ਸ਼ੁਰੂ ਹੀ ਇਹ ਤੋਂ ਗੱਲ ਕਰਦਾ ਵੀ ਅੱਜ ਤਾਂ ਵੱਡੀ ਗੱਲ ਹੋ ਗਈ ਹੈ ਬਹੁਤ ਵੱਡੀ ਹੈ ਤੇ ਹਰ ਇੱਕ ਨੂੰ ਬਦਲੇ ਇਸ ਅੰਦੋਲਨ ਨੇ ਤੁਸੀਂ ਦੇਖੋ ਕਿ ਐਡਾ ਵੱਡਾ ਬਦਲਾਅ ਨਾਰਮਲ ਅਲੱਛ ਨਹੀਂ ਆਉਂਦਾ ਹੁੰਦਾ ਜਿਹਨੂੰ ਗਵਰਨਮੈਂਟਾਂ ਨਹੀਂ ਸਮਝ ਰਹੀਆਂ ਅਸਲ ਦੇ ਵਿੱਚ ਜਿਹਨੂੰ ਸਮਝਣ ਦੀ ਲੋੜ ਹੈ ਬਲਕਿ ਦੇਸ਼ ਦਸਾਂਤਰ ਚ ਸਾਰੇ ਜਗ੍ਹਾ ਲੋੜ ਹੈ ਇਹ ਦੇਸ਼ ਦੀ ਵੀ ਇੱਜ਼ਤ ਵਧਾ ਰਿਹਾ ਹੈ ਇਹ ਸਾਰੀ ਦੁਨੀਆ ਦੇ ਵਿੱਚ ਇਹ ਲੋਕਾਂ ਦੀ ਵੀ ਇੱਜ਼ਤ ਵਧਾ ਰਿਹਾ ਹੈ ਨਹੀਂ ਵਧਾ ਰਿਹਾ ਤਾਂ ਕੁਝ ਹਉਮੇਗਰਸਤ ਲੋਕਾਂ ਦੀ ਜਿਹਦੇ ਚ ਕੋਈ ਹੰਕਾਰ ਮਾੜਾ ਮੋਟਾ ਜਿਹਦੇ ਚ ਲੱਗਦਾ ਹੁੰਦਾ ਕਿ ਮੈਂ ਹੀ ਸਭ ਤੋਂ ਵੱਡਾ ਖਲਕਤ ਤੋਂ ਵੱਡਾ ਕੋਈ ਬੰਦਾ ਨਹੀਂ ਹ ਜਿਵੇਂ ਆਪਾਂ ਕਹਿੰਦੇ ਆਵਾਜ਼ੇ ਖਲਕਤ ਨਗਾੜਾ ਖਰਾਬ ਖੁਦਾ ਹੁੰਦੀ ਹੈ ਤੇ ਖਲਕਤ ਦੀ ਆਵਾਜ਼ ਨੂੰ ਤੁਸੀਂ ਐਂ ਕਹਿ ਕੇ ਛੱਟਿਆਉਣਾ ਵੀ ਇਹ ਕੇਵਲ ਪੰਜਾਬੀ ਨੇ ਮੰਨ ਲਓ ਕੇਵਲ ਪੰਜਾਬੀਆਂ ਦਾ ਅੰਦੋਲਨ ਵੀ ਹੋਵੇ ਤੇ ਇੱਕ ਸਰੀਰ ਦਾ ਇੱਕ ਅੰਗ ਕਿਸੇ ਸੰਕਟ ਚ ਹੋਵੇ ਉਹਨੂੰ ਤੁਸੀਂ ਐਂ ਛੱਡ ਦੇਣਾ ਵੀ ਇਹ ਤਾਂ ਇੱਕੋ ਅੰਗ ਦੀ ਪ੍ਰੋਬਲਮ ਹੈ ਇਹਨੂੰ ਕੱਢ ਦੋ ਕੱਟ ਉਹ ਤਾਂ ਇਹ ਕਹਿੰਦੇ ਪ੍ਰਧਾਨ ਮੰਤਰੀ ਨੂੰ ਡੀਫੇਮ ਕਰ ਰਹੇ ਹੋ ਇਹਨੂੰ ਵੱਢ ਦੋ ਪ੍ਰਧਾਨ ਮੰਤਰੀ ਕੀ ਚੀਜ਼ ਹੈ ਪ੍ਰਧਾਨ ਮੰਤਰੀ ਦੇਸ਼ ਤੋਂ ਤੇ ਲੋਕਾਂ ਤੋਂ ਵੱਡਾ ਥੋੜੀ ਉਹਨੂੰ 5 ਸਾਲ ਲਈ ਚੁਣਿਆ ਗਿਆ ਕੀ ਇਹ ਦੇਸ਼ ਨੇ ਪ੍ਰਧਾਨ ਮੰਤਰੀ ਦੀ ਮਸ਼ਹੂਰੀ ਜਾਂ ਗੈਰ ਮਸ਼ਹੂਰੀ ਤੋਂ ਚੱਲਣਾ ਜਾਏ ਦੇਸ਼ ਨੇ ਲੋਕਾਂ ਦੀ ਤੇ ਦੇਸ਼ ਦੀ ਮਸ਼ਹੂਰੀ ਤੇ ਉਹਦੀ ਖਲਕਤ ਦੀ ਸੰਤੁਸ਼ਟੀ ਤੋਂ ਚੱਲਣਾ ਇਹ ਵੀ ਸਾਨੂੰ ਡਿਸਾਈਡ ਕਰਨਾ ਪਏਗਾ ਅੱਜ ਤੱਕ ਇਹ ਬਣਾ ਲਿਆ ਅਸੀਂ ਪਿਛਲੇ 6 ਸਾਲਾਂ ਦਾ ਬਰਤਾਂਤ ਜਿਵੇਂ ਉਦੋਂ ਪਹਿਲਾਂ ਵੀ ਬਣਾਇਆ ਸੀ ਜਦੋਂ ਕਹਤਾਰ ਚੰ드ਰਾ ਗਾਂਧੀ ਨੇ ਲੜਾਈ ਜਿੱਤੀ ਗਰੀਬੀ ਦੀ ਰੇਖਾ ਤੋਂ ਗਰੀਬੀ ਦਾ ਹਟਾਓ ਦਾ ਨਾਅਰਾ ਦੇ ਕੇ ਚੋਣਾ ਲੜੀਆਂ ਤੇ ਵੱਡੀ ਪ੍ਰਾਜਿਤ ਪ੍ਰਾਪਤ ਕੀਤੀ ਤੇ ਬੰਗਲਾਦੇਸ਼ ਵੀ ਬਣਾਇਆ ਪਾਕਿਸਤਾਨ ਤੋੜਿਆ ਉਦੋਂ ਕਿਹਾ ਗਿਆ ਸੀ ਇੰਦਰਾ ਜੇ ਇੰਡੀਆ ਇੰਡੀਆ ਹੀ ਜੇਂਦਰਾ ਉਹ ਇੱਕ ਮੁਖਤ ਕਰਤਾ ਸੀ 72 ਤੋਂ ਲੈ ਕੇ 74 ਆਉਂਦਾ ਤਿੰਨ ਸਾਲ ਸੀ ਚੌਥੇ ਸਾਲ ਇੰਦਰਾ ਮਜਬੂਰ ਹੋ ਜਾਂਦੀ ਐ ਅੰਦੋਲਨਾਂ ਦੇ ਸਾਹਮਣੇ ਐਮਰਜੈਂਸੀ ਲਾਉਣ ਲਈ ਕਿੱਥੇ ਐ ਇੰਦਰਾ ਉਸ ਤੋਂ ਬਾਅਦ ਉੱਡ ਜਾਂਦੀ ਐ ਤੇ 75 ਦੇ ਵਿੱਚ ਉਹਨਾਂ ਹੀ ਚੋਣਾਂ ਦੇ ਵਿੱਚ ਨਰਿੰਦਰ ਮੋਦੀ ਸਾਹਿਬ ਉਹਨਾਂ ਤੋਂ ਬਹੁਤ ਕੁਝ ਸਿੱਖ ਰਹੇ ਨੇ ਇਹ ਤੋਂ ਵੀ ਸਿੱਖਣਾ ਚਾਹੀਦਾ ਵੀ ਵੱਡੀ ਵਾਹਗੜਤੀ ਨਾਲ ਇੰਦਰਾ ਗਾਂਧੀ ਵੀ ਆਈ ਸੀ ਤੇ ਉਸੇ ਵੱਡੀ ਗਹਿਣਤੀ ਵਾਹਗੜਤੀ ਜਦੋਂ ਲੋਕਾਂ ਦੀ ਸੁਣਵਾਈ ਨਹੀਂ ਕਰਦੇ ਉਦੋਂ ਬਿਹਾਰ ਤੋਂ ਮੂਵਮੈਂਟ ਸ਼ੁਰੂ ਹੋਈ ਜੇਪੀ ਦੀ ਅਗਵਾਈ ਦੇ ਵਿੱਚ ਤੇ ਉਹਨੇ ਦੇਸ਼ ਤੇ ਪਦਰ ਤੇ ਐਡਾ ਵੱਡਾ ਇੱਕ ਬਦਲਾ ਸਾਡੇ ਸਾਹਮਣੇ ਕੀਤਾ ਇਹ ਅੰਦੋਲਨ ਤਾਂ ਉਦੋਂ ਵੀ ਖੂਬਸੂਰਤ ਤੇ ਉਦੋਂ ਵੱਡਾ ਅੰਦੋਲਨ ਹੈ ਜੇਕਰ ਤੁਸੀਂ ਉਸ ਸਾਈਜ਼ 'ਚ ਦੇਖੋਗੇ ਜਿਵੇਂ ਜਿਵੇਂ ਚੱਲਦਾ ਇੱਕ ਆਖਰੀ ਸਵਾਲ ਐਗਰੀਕਲਚਰ ਰਿਫਾਰਮਸ ਚਾਹੁੰਨੇ ਹੋ ਤੁਸੀਂ ਬਿਲਕੁਲ ਰਿਫਾਰਮ ਹੋਣੇ ਚਾਹੀਦੇ ਨੇ ਪਰ ਰਿਫਾਰਮ ਕਿ ਹੋ ਜੇ ਰਿਫਾਰਮ ਕਾਰਪੋਰੇਟ ਪੱਖ ਦੇ ਜਾਂ ਲੋਕਾਂ ਦੇ ਪੱਖ ਦੇ ਇਹ ਐਗਰੀਕਲਚਰ ਤੋਂ ਸੰਤੁਸ਼ਟ ਨਹੀਂ ਹੈ ਕੋਈ ਫਿਰ ਤਾਂ ਖੁਦ ਕਸ਼ੇਂ ਕਿਉਂ ਕਰਦਾ ਜੇ ਤੋ ਸੰਤੁਸ਼ਟ ਹੁੰਦਾ ਜੇ ਖੇਤੀ ਕਰਨ ਵਾਪਸ ਹੋ ਜਾਂ ਤਾਂ ਵੀ ਐਗਰੀਕਲਚਰ ਦਸ਼ਾਤ ਨਹੀਂ ਸੁਧਰਨ ਵਾਲੀ ਨਹੀਂ ਸੁਧਰਨ ਵਾਲੀ ਹਾਂ ਇਹ ਤਾਂ ਇੱਕ ਪਹਿਲਾ ਸਟੈਪ ਹੈ ਉਧਰ ਨੂੰ ਇਹ ਸਵਾਲ ਖੜਾ ਕਰਦਾ ਹੈ ਕਿ ਹੁਣ ਸਾਨੂੰ ਹੋਰ ਸੁਧਾਰਾਂ ਦੀ ਲੋੜ ਹੈ ਉਹ ਸੁਧਾਰ ਇਹ ਨਹੀਂ ਇਹ ਸੁਧਾਰ ਨਹੀਂ ਇਹ ਵਿਗਾੜ ਨੇ ਇਹ ਜਿਹੜੇ ਪਹਿਲਾਂ ਆਲੇ ਪਏ ਵਿਗਾੜ ਨੇ ਉਹਨੂੰ ਹੋਰ ਵਧਾ ਰਹੇ ਨੇ ਸੁਧਾਰ ਦਾ ਮਤਲਬ ਕੀ ਹੈ ਸੁਧਾਰ ਦਾ ਮਤਲਬ ਹੈ ਕਿ ਖੇਤੀ ਵਿੱਚ ਕੁਝ ਚੀਜ਼ਾਂ ਨਾਲ ਜਾਂਦੀ ਹੈ ਨੰਬਰ 1 ਪਾਣੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਨੰਬਰ 2 ਮਿੱਟੀ ਜਿਹੜੀ ਜਰਖੇਜਰੇ ਸਭ ਤੋਂ ਇੰਪੋਰਟੈਂਟ ਹੈ ਨੰਬਰ 3 ਕਲਾਈਮੇਟ ਸਭ ਤੋਂ ਇੰਪੋਰਟੈਂਟ ਚੀਜ਼ ਹੈ ਅਸੀਂ ਪੰਜਾਬ ਵਰਗੇ ਸੂਬੇ ਦਾ ਪੰਜਾਬ ਦੁਨੀਆ ਦਾ ਸਭ ਤੋਂ ਖੂਬਸੂਰਤ ਖੇਤਾਂ ਸੀ ਕਿਸੇ ਸਮੇਂ ਇਨੀਆਂ ਰੁੱਤਾਂ ਦੁਨੀਆਂ 'ਚ ਕਿਤੇ ਨਹੀਂ ਬਦਲਦੀਆਂ ਜਿਹੜੇ ਸਾਡੇ ਬੱਚੇ ਵਿਦੇਸ਼ ਜਾ ਕੇ ਉਹ ਕਰਦੇ ਨੇ ਤੇ ਬਾਕੀ ਜਗ੍ਹਾ ਨੇ ਇਹਨੂੰ ਵਿਗਾੜਿਆ ਕਿਨੇ ਸਾਡੀ ਪਾਲਸੀ ਨੇ ਅਸੀਂ ਪਾਣੀ ਮੁਕਾ ਲਿਆ ਜ਼ਰਖੇਜ ਮਿੱਟੀ ਜ਼ਹਿਰੀਲੀ ਬਣਾ ਲਈ ਆਬੋ ਹਵਾ ਕੈਂਸਰ ਤੇ ਕਾਲੀਆਂ ਕਾਲਾ ਪੀਲੀਆਂ ਬਣ ਰਹੀ ਹੈ ਇਹਦੀ ਖੂਬਸੂਰਤੀ ਕਿਵੇਂ ਆਵੇ ਵਾਪਸ ਉਹ ਕਿਹੜੀ ਮੈਨੇਜਮੈਂਟ ਹੋਵੇ ਐਗਰੀਕਲਚਰ 'ਚ ਵੀ ਤੇ ਓਵਰਆਲ ਡਿਵੈਲਪਮੈਂਟ ਦੇ ਪਰ ਪ੍ਰੋਸੈਸ ਦੇ ਵਿੱਚ ਵੀ ਤਾਂ ਕਿ ਉੱਥੇ ਖੜਾ ਹੋਵੇ ਦੁਬਾਰਾ ਆ ਕੇ ਉਸੇ ਪੈਟਰਨ ਦੇ ਉੱਤੋਂ ਇਹ ਸਭ ਤੋਂ ਵੱਡਾ ਕੁਐਸਚਨ ਹੈ ਪੰਜਾਬ ਦੇ ਸਾਹਮਣੇ ਇਸ ਸਮੇਂ ਤੇ ਦੇਸ਼ ਦੇ ਸਾਹਮਣੇ ਚਲੋ ਬਹੁਤ ਧੰਨਵਾਦ ਹਮੇਸ਼ ਸਿੰਘ ਜੀ ਤੁਸੀਂ ਬਹੁਤ ਸੋਕੇ ਸ਼ਬਦਾਂ ਵਿੱਚ ਬੜੇ ਸਾਡੇ ਦਰਸ਼ਕਾਂ ਨੂੰ ਸਮਝਾਇਆ ਬਹੁਤ ਧੰਨਵਾਦ ਸ਼ੁਕਰੀਆ ਹਮੇਸ਼ ਸਿੰਘ ਜਰਾ ਜੀ ਤੋਂ ਅਸੀਂ ਬਹੁਤ ਸਾਰੇ ਸਵਾਲ ਲੈਣ ਦੀ ਕੋਸ਼ਿਸ਼ ਕੀਤੀ ਹੈ ਕੋਈ ਇੱਕ ਵਿੱਚ ਵੀ ਸਵਾਲ ਲਵਾਂਗੇ ਪਰ ਜਿਸ ਤਰੀਕੇ ਇਹਨਾਂ ਨੇ ਇਸ ਅੰਦੋਲਨ ਨੂੰ ਇਸ ਅੰਦੋਲਨ ਦੇ ਵਿੱਚੋਂ ਨਿਕਲਣ ਵਾਲੀਆਂ ਚੀਜ਼ਾਂ ਨੂੰ ਸਾਡੇ ਅੱਗੇ ਰੱਖਿਆ ਇਹਨਾਂ ਦਾ ਕਿ ਖੇਤੀ ਕਰੂਨਾ ਤੋਂ ਵੱਧ ਕੇ ਸਾਨੂੰ ਇਸ ਅੰਦੋਲਨ ਬਾਰੇ ਸੋਚਣਾ ਪਵੇਗਾ ਜਿਸ ਤਰੀਕੇ ਨਾਲ ਇਹ ਇੱਕ ਨਵੀਂ ਰੋਸ਼ਨੀ ਦਿਖਾ ਰਿਹਾ ਹੈ ਜਿਸ ਤਰੀਕੇ ਨਾਲ ਇਹ ਕਹਿ ਰਿਹਾ ਹੈ ਕਿ ਪੰਜਾਬ ਤੇ ਦੇਸ਼ ਨੂੰ ਉਸ ਪ੍ਰਾਣੇ ਪਰਪੇਖ ਦੇ ਵਿੱਚ ਸਾਨੂੰ ਦੇਖਣਾ ਪਵੇਗਾ ਜਿਹੜਾ ਪੰਜਾਬ ਕਿਸੇ ਸਮੇਂ ਖੁਸ਼ਹਾਲ ਹੁੰਦਾ ਸੀਗਾ ਤੇ ਉਹ ਖੁਸ਼ਹਾਲ ਪੰਜਾਬ ਵਾਪਸ ਆ ਸਕਦਾ ਹੈ ਦੇਸ਼ ਜਿਹੜਾ ਇਹਨਾਂ ਨੇ ਸਿੱਧੇ ਸ਼ਬਦਾਂ ਵਿੱਚ ਉਹ ਸ਼ਬਦ ਤਾਂ ਨਹੀਂ ਵਰਤੇ ਆ ਬਸ ਸੋਨੇ ਦੀ ਚਿੜੀ ਜਿਹੜਾ ਦੇਸ਼ ਜਿਸ ਨੂੰ ਕਿਹਾ ਜਾਂਦਾ ਸੀਗਾ ਉਹੋ ਜਿਹਾ ਇਹ ਵਰਤਾਂਤ ਜਿਹੜਾ ਦੇਖਤੇ ਪਏ ਆ ਪਰ ਜਿਸ ਤਰੀਕੇ ਅੰਦੋਲਨ ਹੁਣ ਤੱਕ ਸ਼ਾਂਤਮਈ ਹੈ ਇਹ ਕਹਿੰਦੇ ਆ ਕਿ ਸਰਕਾਰਾਂ ਨੂੰ ਆਪਦੇ ਫੈਸਲੇ ਵਾਪਸ ਲੈਣੇ ਪੈਣਗੇ ਸਾਡਾ ਸਵਾਲ ਇੱਕੋ ਸੀਗਾ ਸੁਪਰੀਮ ਕੋਰਟ ਨੇ ਖੇਤੀ ਕਾਨੂੰਨ ਰੋਕਿਆ ਅੰਦੋਲਨ ਕਿਉਂ ਨਹੀਂ ਰੁਕਿਆ ਇਹ ਕਹਿੰਦੇ ਅੰਦੋਲਨ ਦੀ ਖੂਬਸੂਰਤੀ ਇਹੀ ਹੈ ਜੋ ਤੱਕ ਚੱਲੇਗਾ ਕੁਝ ਨਾ ਕੁਝ ਨਮਾ ਦਿੰਦਾ ਰਹੇਗਾ ਬਹੁਤ ਅਮਰ